ਸਾਡੇ ਤਾਂ ਯਾਰ ਅੱਜ ਫਿਰ ਬਾਜੀ ਮਾਰ ਲਈ ਜੇ ਨਹਾ ਧੋ ਲਿਆ ਜੇ ਉਸਤਾਦ ਜੀ ਹੁਣ ਰਹਿ ਗਏ ਜੇ ਗੁਰੀ ਬਾਰੇ ਬੜਾ ਪੁੱਛਦੇ ਤੁਸੀਂ ਹੈ ਸੱਜੀ ਯਾਰ ਮੇਰੀ ਸੱਜੀ ਸੱਜੀ ਅਤੇ ਖੱਬੀ ਦੋਵੇਂ ਹੀ ਆਏ ਕੀ ਦੱਸੀ ਗੁਰੀ ਦਾ ਹੈ ਪੰਚਾ ਸਰਪੰਚਾ ਸ਼ੁਕਰ ਹੈ ਭਰਾ ਅੱਜ ਤਾਂ ਤੂੰ ਖੁਸ਼ ਕੀਤਾ ਟਾਈਮ ਸਿਰ ਉੱਠਿਆ ਪਿਆ ਮੇਰਾ ਬਹੁ ਹੈਂ ਉਲਸ ਵੀ ਬਣ ਕੇ ਕਿਹਾ ਪਤਾ ਹੀ ਪਈਆਂ ਨਹਾਉਂਦੇ ਕੰਮ ਖਿੱਚ ਕੇ ਰੱਖਦਾ ਤੁਸੀਂ ਦੋਵਾਂ ਜਾਣਿਆਂ ਨੇ ਹੈ ਕਿੱਥੋਂ ਦੀ ਤਿਆਰੀ ਆਈ ਤੁਹਾਡੀ ਸੋਚਣਾ ਅੱਜ ਬੰਦੇ ਖੁਸ਼ ਪਤਾ ਕਿਉਂ ਅੱਜ ਇਹਨਾਂ ਦਾ ਸਪਲੀਮੈਂਟ ਦਾ ਸਮਾਨ ਆਉਣਾ ਅਤੇ ਅੱਜ ਵਿੱਚ ਆ ਚੜੇ ਪੈ ਖੁਸ਼ੀਆਂ ਰੇ ਮੂੰਹ 'ਤੇ ਹੈ ਜਦੋਂ ਪ੍ਰੋਟੀਨ ਮੁੱਕਰਨ ਕੰਢੇ ਆਉਂਦਾ ਨਾ ਤੇ ਮੂੰਹ ਤੇ ਨਾ ਉਦਾਸੀ ਛਾ ਜਾਂਦੀ ਸਾਡੇ ਬੰਦਿਆਂ ਦੇ ਹੋਰ ਗੱਲ ਸਹੀ ਗੱਲ ਆ ਹਫ਼ਤਾ ਵੀ ਨਹੀਂ ਕੱਢਿਆ ਕਿਤੇ ਗੁਰੂਆ ਡੱਬੇ ਜੇ ਉਹ ਮਰੇ ਪਲਟਾ ਪਲਟਾ ਕੇ ਜਨਤਾ ਨੇ ਬੰਦੇ ਹੈ ਹੀ ਬੜੇ ਕਿੰਨੇ ਬੰਦੇ ਆਪਾਂ ਹਰਮਨ ਨੂੰ ਪਾ ਕੇ 7 ਬੰਦੇ ਨਾ ਹਰਮਨ ਨੂੰ ਪਾ ਕੇ ਆਹ 7 ਬੰਦਿਆਂ ਨੂੰ ਲਾਲਾ ਸਾਹਿਬ 60 ਸਕੂਪ ਹੈ ਤੇ 2-2 ਸਕੂਪ ਵੀ ਪੀਣ ਤੇ ਕਿੰਨੇ ਦਿਨ ਕੱਢਣਗੇ ਵੀਹ ਸਕੂਪ ਕੀ ਪ੍ਰੋਟੀਨ ਦਾ ਡੱਬਾ ਜੇ 60 ਸਕੂਪਾਂ ਦਾ ਤਾਂ ਮੇਰੇ ਸਾਹ 4 ਦਿਨ ਮਹਾਂ ਕੱਢਦਾ ਚਲੋ ਕੋਈ ਨੀ ਮੇਰਾ ਪੁੱਤ ਠੀਕ ਹੈ ਨਾ ਬਿਮਾਰ ਹੋ ਗਿਆ ਮੇਰਾ ਯਾਰ ਯਾਰ ਕੋਈ ਨੀ ਪੁੱਤ ਹੋ ਜਾਣਾ ਠੀਕ ਹੋ ਜਾਣਾ ਤੈਨੂੰ ਦਵਾਈ ਦਵਾ ਕੇ ਲਿਆਉਂਦੇ ਬਾਹਰ ਜਾਣ ਨੂੰ ਕਾਲਾ ਪਰ ਬਾਹਰ ਜਾ ਕੇ ਖਰਾਬ ਹੋਇਆ ਅੱਗੇ ਤੂੰ ਹੈਂ ਪਹਿਜਾ ਮੇਰਾ ਪੁੱਤ ਅੱਜ ਫਿਰ ਅਸੀਂ ਲੁਧਿਆਣੇ ਸਪਲੀਮੈਂਟ ਲੈਣ ਜਾਣਾ ਸੀ ਪਰ ਜਾਣ ਤੋਂ ਪਹਿਲਾਂ ਇਹਨੂੰ ਇਹਦਾ ਟ੍ਰੀਟਮੈਂਟ ਕਰਾ ਕੇ ਫਿਰ ਜਾਵਾਂਗੇ ਅਤੇ ਉਹ ਅਸੀਂ ਸ਼ਡਿਊਲ ਸੈੱਟ ਕਰ ਲਿਆ ਮਾਂ ਵੀਰ ਹੁਣ ਇਹਦਾ ਟ੍ਰੀਟਮੈਂਟ ਕਰਾ ਕੇ ਲਿਆਉਣਗੇ ਅਸੀਂ ਜਿੰਮ ਲਾਵਾਂਗੇ ਅਤੇ ਫਿਰ ਮਾਂ ਵੀਰਾਂ ਨੂੰ ਨਾਲ ਲੈ ਕੇ ਲੁਧਿਆਣੇ ਜਾਵਾਂਗੇ ਅਤੇ ਉਸ ਤੋਂ ਬਾਅਦ ਸ਼ਾਮਾਂ ਨੂੰ ਆ ਕੇ ਫਿਰ ਜਿੱਦਾਂ ਕੱਲ੍ਹ ਮਾਂ ਵੀਰਾਂ ਨੂੰ ਜਿੰਮ ਲਵਾ ਕੇ ਲਿਆ ਸੀ ਨਾ ਉੱਦਾਂ ਜਿੰਮ ਲਵਾ ਕੇ ਲਿਆਵਾਂਗੇ ਅਤੇ ਯਾਰ ਹੁਣ ਤਾਂ ਹੋ ਗਏ ਤਿਆਰ ਹੈਂ ਪਜਾਮਾ ਕੱਲ੍ਹ ਵਾਲਾ ਅਤੇ ਟੀ ਸ਼ਰਟ ਲਈ ਆਪਾਂ ਬਦਲ ਕੱਪੜੇ ਨਾ ਧਿਆਨ ਰੱਖਣਾ ਪੈਂਦਾ ਧੋਣੇ ਕਿਹੜੇ ਸੌਖੇ ਗੁਰੂਆ ਘਰ ਦੇ ਵਿਚਾਰੇ ਤੰਗ ਹੁੰਦੇ ਕਿਆ ਬਾਤ ਹੈ ਗੁਰੀ ਉਸਤਾਦ ਝੋਟਾ ਭਰਾ ਮੇਰਾ ਹੈ ਕਾਇਮ ਹੋ ਗਿਆ ਹੋਰ ਹਾਂ ਪੁੱਤ ਨਹੀਂ ਤਿਆਰੀ ਆ ਡੋਲਾ ਪੀ ਵੀ ਬਣ ਰਿਹਾ ਵੀ ਕਰਨਾ ਓਕੇ ਆਪਾਂ ਅਸਲ ਨਾ ਆਪਾਂ ਸ਼ਡਿਊਲ ਆਪਣਾ ਵਿਗੜ ਜਾਂਦਾ ਥੋੜ੍ਹੇ ਦਿਨਾਂ ਬਾਅਦ ਨਾ ਸੈੱਟ ਨਹੀਂ ਆਉਣ ਡਿਆ ਜੇ ਉੱਠ ਪੈਂਦੇ ਟਾਈਮ ਸਿਰ ਤੇ ਕੋਈ ਨਾ ਕੋਈ ਕੰਮ ਤਾਂ ਦੇ ਨਹੀਂ ਮੁੱਕਦੇ ਗੁਰੂਆ ਸਾਡੇ ਪੁੱਤ ਬਾਹਰ ਨਹੀਂ ਜਾਣਾ ਆ ਜਾ ਅੰਦਰ ਚੁੱਪ ਕਰਕੇ ਚੀਜ਼ੀ ਪਾਉਂਦਾ ਤੈਨੂੰ ਮੈਂ ਆਊਟਸ ਲਿਆਉਣ ਡਿਆ ਸਰਪੰਚ ਬਣਾ ਕੇ ਫਿਰ ਤੈਨੂੰ ਪਾਉਂਦਾ ਬਹਿ ਜਾ ਥੱਲੇ ਪੁੱਤ ਲੱਕ ਤਾਂ ਤੇਰੇ ਜ਼ਖਮ ਹੋਏ ਤਾਂ ਚੜ੍ਹਨ ਹੋ ਜਾ ਵੀ ਨਹੀਂ ਅੜਦਾ ਬਹਿ ਜਾ ਬਾਹਰ ਮੈਂ ਲੱਗਿਆ ਹੋਇਆ ਮੇਰੇ ਇਕੱਲੇ ਤੇ ਚਮਚਾ ਮੈਂ ਆਪਣਾ ਲੈ ਆਉਂਦਾ ਪਹਿਲਾਂ ਤੇਰੇ ਤੇ ਗੁਰੀ ਵੀਰ ਤੇ ਪਿੰਡ ਆ ਕੀ ਪਾਇਆ ਵਿੱਚ ਕਾਲਾ ਕਾਲਾ ਕਿਹੜਾ ਉਹ ਨਹੀਂ ਮਿੱਠਾ ਨਹੀਂ ਪਾਉਣਾ ਮਿੱਠਾ ਕਰ ਲਿਆ ਬ੍ਰੇਕਫਾਸਟ ਚੱਲੀਏ ਜਿਮ ਨੂੰ ਚੱਲ ਵੀ ਰਾਹੀਆਂ ਬੜੇ ਵੀਰ ਕਹਿੰਦੇ ਡਰਾਈਵਰ ਨਹੀਂ ਚਲਾਉਂਦੇ ਡਰਾਈਵਰ ਦਾ ਨੰਬਰ ਇੰਨਾ ਲੱਗਣ ਡਿਆ ਨਾ ਇਹੋ ਚੱਲਣ ਡੀ ਹੁਣ ਰੋਜ਼ ਹਾਂ ਸਰਪੰਚ ਦੀ ਖੰਘ ਨਹੀਂ ਅੱਡੀ ਵੇਖ ਲਓ ਹੈ ਠੰਡਾ ਪਾਣੀ ਪੀਣ ਦਾ ਹੱਟਦਾ ਨਹੀਂ ਠੰਡੀ ਚੀਜ਼ਾਂ ਖਾਣ ਹੱਟਦਾ ਛੇਕ ਵੀ ਠੰਡਾ ਪਾਣੀ ਫਿਰ ਠੰਡਾ ਪੀਣਾ ਹੈ ਥਾਰ ਖੜਨੀ ਉਹ 'ਚ ਕੁੱਤਾ ਸੌਖਾ ਬਹਿ ਜਾਂਦਾ ਨਾ ਐਕਸੀ ਦੇ ਵਿੱਚ ਉਹ ਲੈ ਜਾਇਓ ਪਾਬਲੋ ਖੜਨਾ ਪਾਬਲੋ ਲੈ ਜਾਇਓ ਅਤੇ ਨਾ ਜ਼ਖਮ ਸਹੀ ਨਹੀਂ ਹੋਇਆ ਪੂਰਾ ਬਿਮਾਰ ਹੋ ਜਾਏਗਾ ਜ਼ਿਆਦਾ ਮਾਹਰ ਸਹੀ ਹੋਣ ਡਿਆ ਵਾ ਬਾਹਰ ਨੂੰ ਭਜਦਾ ਉੱਡ ਉੱਡ ਕੇ ਹੈਂ ਦੱਸਦਾ ਨਹੀਂ ਉਹ ਬਾਹਰੋਂ ਫਿਰ ਕੇ ਆਇਆ ਨਾ ਲਿਪੜ ਕੇ ਆ ਗਿਆ ਸਾਲਿਆ ਕੁੱਤੇ ਨੇ ਭਜਾਇਆ ਜਾਂਦਾ ਬਾਹਰੋਂ ਤਾਂ ਹੀ ਲੱਗਦਾ ਭਜਾਇਆ ਤੈਨੂੰ ਬਾਹਰੋਂ ਹੈ ਛਿੱਤਰ ਪੈ ਕੇ ਲੱਗਦਾ ਪਾਬਲੋ ਨੂੰ ਕੁੱਤੇ ਭੌਂਕੇ ਬਾਹਰ ਬੈਠੇ ਨਾ ਉਹਨਾਂ ਲਵਾਈ ਰੇਸ ਪਾਬਲੋ ਦੀ ਮੇਰੀ ਗੱਲ ਸੁਣਾ ਜਿਹੜੇ ਤੁਰੇ ਸਿੱਧੇ ਨਾ ਆਪਣੇ ਘਰ ਦੇ ਬਾਹਰ ਆਉਂਦੇ ਆ ਦੋ ਰੋਟੀਆਂ ਬ੍ਰੈਡਾਂ ਦੇ ਪੈਕਟ ਪੈ ਦੇਣਾ ਪਾ ਦੇ ਕਰ ਮੇਰਾ ਬਾਊ ਸਾਈਡ ਬੈਕ ਨਵਾਂ ਕਿਆ ਬਾਤ ਮੁਬਾਰਕਾਂ ਪਾਰਟੀ ਬਣੀ ਪਈ ਹੈ ਕਾਹਨੂੰ ਗੱਲਾਂ ਆਈਆਂ ਪਈਆਂ ਇਹ ਚ ਆ ਜਾਂਦਾ ਉਹ ਉਸਤਾਦ ਠੀਕ ਹੈ
ਚਲੋ ਬਈ ਚੱਲੇ ਹੈ, ਪਹਿਲਾਂ ਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ, ਉਹ ਤੋਂ ਬਾਅਦ ਜਿੰਮ ਚੱਲਾਂਗੇ, ਅਤੇ ਉਹ ਤੋਂ ਬਾਅਦ ਲੁਧਿਆਣਾ ਅਤੇ ਜਲੰਧਰ, ਜਲੰਧਰੋਂ ਆਪਾਂ ਕੈਮਰਾ ਲੈਣਾ ਅੱਜ, ਅਤੇ ਲੁਧਿਆਣਿਓਂ ਸਪਲੀਮੈਂਟ ਲੈਣਾ, ਟਾਈਮ ਕੱਢਣਾ ਪੈਂਦਾ ਯਾਰ ਇਹਨਾਂ ਵਾਸਤੇ ਨਾ ਮੈਨੂੰ, ਮੈਂ ਚੱਲ ਇੱਥੋਂ ਪ੍ਰੋਟੀਨ ਮੇਰਾ ਤਾਂ ਚੱਲ ਜੇ ਮੈਂ ਇਕੱਲਾ ਖਾਵਾਂ ਤਾਂ ਫਿਰ ਤਾਂ ਮੇਰਾ ਮਹੀਨਾ ਕੱਢ ਜਾਂਦਾ, ਉਹਨੇ ਸਾਰੇ ਬੰਦਿਆਂ ਨੂੰ ਜਿੰਮ 'ਤੇ ਲਾਇਆ ਵਾ, ਅਤੇ ਇੱਕ ਰਹਿਣਾ ਹੁਣ ਚੱਲ ਚਸਕਾ ਪੈ ਗਿਆ ਸਾਰਿਆਂ ਨੂੰ, ਇਹ ਅਗਰ ਸਪਲੀਮੈਂਟ ਲਓ ਜਾਂ ਡਾਇਟ ਬਦਲੋ ਨਾ ਬੰਦੇ ਵਾਂਝੇ ਰਹਿਣ, ਇਹ ਚੀਜ਼ ਦੀ ਮੈਨੂੰ ਇਹ ਹੁੰਦਾ ਵਾ, ਕਿਉਂਕਿ ਸਪਲੀਮੈਂਟ ਜ਼ਰੂਰੀ ਯਾਰ ਕਿਤੇ ਨਾ ਕਿਤੇ, ਆਪਾਂ ਆਖੀਏ ਨਾ ਚਲੋ ਜਿਹੜੀ ਨੈਚੁਰਲ ਡਾਇਟ ਹੈ ਉਹ ਆਪਣੀ ਥਾਂ 'ਤੇ ਆ, ਸਪਲੀਮੈਂਟ ਇਹ ਹੁੰਦਾ ਕਿ ਯਾਰ ਡਾਇਟ ਵੱਲ ਧਿਆਨ ਨਹੀਂ ਦਿੰਦੇ, ਚੱਲ ਇਹ ਹੈ ਕਿ ਸ਼ੇਕ ਸ਼ੂਕ ਜਦੋਂ ਬਣਾ ਕੇ ਪੀਂਦੇ ਉਹਦੇ 'ਚ ਪ੍ਰੋਟੀਨ ਦਾ ਸਕੂਪ ਪਾ ਲਿਆ, ਗਿੰਦਰ ਦਾ ਪਾ ਲਿਆ, ਹੈ ਨਾ, ਉਸ ਚੀਜ਼ ਦਾ ਬੜਾ ਫਰਕ ਪੈ ਜਾਂਦਾ, ਤਾਂ ਕਰਕੇ ਮੈਂ ਇਹ ਹਾਂ ਕਿ ਔਖਾ ਸੌਖਾ ਕੇ ਜਾਣਾ ਅੱਜ, ਅਤੇ ਸਪਲੀਮੈਂਟ ਲਿਆ ਕੇ ਦਊਂ ਇਹਨਾਂ ਨੂੰ, ਕਰਮਾ ਚਾਹ ਹੈਗੀ ਅੱਜ, ਹੈ ਮੈਂ ਕਰਮਾ ਚਾਹ ਹੈਗੀ ਅੱਜ ਕਿ ਨਹੀਂ, ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਵੀ ਕਰ ਲਏ ਅੱਜ, ਅੱਜ ਰੱਬ ਨੇ ਇੱਕ ਹੋਰ ਚੀਜ਼ ਦਿੱਤੀ ਗੁਰੀ ਸਤਾਰ, ਫਿਰ ਵਿੱਚ ਰਹੀ ਬਾਈ ਨੇ ਆਵਾਜ਼ ਮਾਰ ਲਈ, ਇਹੀ ਗੱਲ ਇਹ ਕਿ ਅੱਜ ਅਸੀਂ ਇੱਕ ਜਿਹੜਾ ਹੀ ਕੰਮ ਅਸੀਂ ਆਪ ਕਰੀਏ ਫਿਰ ਤੁਹਾਨੂੰ ਦੱਸ ਦਿੰਦੇ, ਕਿਹਾ ਵੀ ਚੀਜ਼ ਕਰਕੇ ਵੇਖਿਓ, ਅਤੇ ਅੱਜ ਅਸੀਂ ਭਾਂਡਿਆਂ ਦੀ ਸੇਵਾ ਕੀਤੀ ਮੈਂ ਅਤੇ ਗੁਰੀ ਵੀਰ ਨੇ, ਅਸੀਂ ਸੋਚਿਆ ਸੀ ਕਿ ਚੱਲ 5 ਮਿੰਟ ਸੇਵਾ ਕਰਦੇ ਹਾਂ, ਪਰ ਰੱਬ ਨੇ ਸਾਡੇ ਕਰਮਾਂ 'ਚ ਲਿਖੀ ਜ਼ਿਆਦੀ, ਅਤੇ ਸੇਵਾ ਕਰਦੇ ਕਰਦੇ ਇੱਕ ਬੜੀ ਤਾਂ ਗੱਲ ਜਿਹੜੀ ਪਤਾ ਲੱਗੀ, ਅਸੀਂ ਭਾਂਡਿਆਂ ਦੀ ਸੇਵਾ ਕਰਦੇ ਅਤੇ ਪਿੱਛੇ ਜਿਹੜੀਆਂ ਬੀਬੀਆਂ ਰੋਟੀਆਂ ਪਕਾਉਣ ਡੀਆਂ ਸੀ, ਐ ਪਾਸੇ ਗੱਡੀ ਲੱਗੀ, ਕਹਿੰਦੀ ਢਿੱਲੋ ਪੀ ਅਤੇ ਗੱਡੀ ਲੱਗੀ ਬੜੇ ਚੱਲਦੀ, ਉਹ ਨਹੀਂ ਦੇਖਿਆ ਕਿੱਥੇ, ਅਸੀਂ ਨਾਗੇ ਸੇਵਾ ਕਰਨ ਡੇ ਪੀਲੇ ਪਾਸੇ, ਸਾਡਾ ਬੜਾ ਹਸਣ ਲਿਆ ਗੁਰੂ ਆ, ਗੁਰੂ ਮਹਾਰਾਜ ਦਰਸ਼ਨ ਮਿਲੇ ਆਪਾਂ ਲੈ ਕਰ, ਅਤੇ ਹੁਣ ਚੱਲੀਏ ਜਿੰਮ, ਅਤੇ ਜਿੰਮ ਤੋਂ ਬਾਅਦ ਚੱਲਾਂਗੇ ਫਿਰ ਜਲੰਧਰ ਲੁਧਿਆਣੇ ਦਾ ਟੂਰ ਅੱਜ ਸਾਡਾ, ਹੈਂ ਬਾਕੀ ਭਰਾ ਪਹਿਲਾਂ ਮੈਂ ਬੜੇ ਵਲੋਗਾਂ 'ਚ ਕਿਹਾ, ਹੁਣ ਫਿਰ ਕਹਿੰਦਾ ਵਾ ਕਿ ਟਾਈਮ ਕੱਢ ਕੇ ਜ਼ਰੂਰ ਜਾਇਆ ਕਰੋ ਗੁਰੂ ਮਹਾਰਾਜ ਦੇ ਘਰ, ਅਤੇ ਬਾਕੀ ਜਿਹੜੇ ਲੋਕ ਹੰਕਾਰ ਮਨ ਚੱਕੀ ਫਿਰਦੇ ਆ ਨਾ, ਉਹ ਮਿੰਟ 'ਚ ਦੂਰ ਕਰ ਦਿੰਦਾ ਏ, ਇੱਥੇ ਬੜੇ ਲੋਕ ਕਹਿੰਦੇ ਅਸੀਂ ਐਂ ਕਰਦਾਂਗੇ ਜੋ ਕਰਦਾਂਗੇ, ਹੈ ਨਾ, ਆਪਾਂ ਇੱਕ ਦੂਜੇ ਨੂੰ, ਸਾਡੇ ਮਨਾਂ 'ਚ ਵੀ ਹੁੰਦਾ ਕਈ ਵਾਰ ਪਹਿਲਾਂ ਜਦੋਂ ਅਸੀਂ ਹੁੰਦੇ ਸੀ ਨਾ, ਅੱਜ ਤੋਂ 2-4 ਸਾਲ ਪਹਿਲਾਂ ਐਂ ਕਰਦਾਂਗੇ ਜੋ ਕਰਦਾਂਗੇ, ਪਤਾ ਰੱਬ ਤੋਂ ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਹੈ ਨਾ, ਤਾਂ ਕਰਕੇ ਮੈਂ ਕਹਿੰਦਾ ਵਾਂ ਕਿ ਜਾਇਆ ਕਰੋ ਜ਼ਰੂਰ, ਜੋ ਕੁਛ ਕਰਨਾ ਉਹਨੇ ਕਰਨਾ, ਬੰਦੇ ਦੇ ਹੱਥ ਵਾਸਤੇ ਕੁਝ ਨਹੀਂ ਹੁੰਦਾ, ਜੇ ਆਪਾਂ ਕਹੀਏ ਨਾ ਆਪਾਂ ਇੱਥੋਂ ਇੱਕ ਪੈਰ ਵੀ ਪੁੱਟ ਲਈਏ, ਆਪਾਂ ਨੂੰ ਜੇ ਉਹਦੀ ਹੁਕਮ ਨਾ ਹੋਵੇ, ਇੱਕ ਪੈਰ ਛੋਟੇ ਇੱਕ ਸਾਹ ਨਾ ਲੈਣ ਦੇਵੇ, ਇਹ ਸ਼ੁਕਰ ਕਰਿਆ ਕਰੋ ਮਾਲਕ ਦਾ ਕਿ ਤੁਰੇ ਫਿਰਦੇ ਹਾਂ ਆਪਾਂ ਇੱਥੇ, ਆਪਾਂ ਨੂੰ ਇਨਸਾਨ ਦੀ ਜੁਨੇ ਪਾਇਆ ਆਪਾਂ ਨੂੰ ਇੱਥੇ, ਹੈ ਨਾ, ਜ਼ਰੂਰ ਜਾਇਆ ਕਰੋ ਮੇਰੇ ਭਰਾ, ਜਿਹੜੇ ਮੈਨੂੰ ਵੇਖਦੇ ਆ ਨਾ, ਮੇਰੀ ਤਾਂ ਬਸ ਇਹੋ ਕੋਸ਼ਿਸ਼ ਆ ਕਿ ਤੁਸੀਂ ਗੁਰੂ ਘਰ ਜਾਣਾ, ਕੰਮ ਧੰਦਾ ਕੋਈ ਕਰਦੇ ਨਹੀਂ ਕਰਦੇ ਵੱਖਰੀ ਗੱਲ ਆ, ਕੰਮ ਧੰਦੇ ਦੇ ਇਹਦੇ ਮਾਲਕ ਨੇ ਤੁਹਾਨੂੰ ਆਪੇ ਲਾ ਦੇਣਾ, ਜਦੋਂ ਤੁਸੀਂ ਜਾਣ ਲੱਗ ਪਏ ਨਾ, ਕੰਮ ਧੰਦੇ ਤੁਹਾਡੇ ਆਪਣੇ ਆਪ ਹੋਣੇ ਸ਼ੁਰੂ ਹੋਏ ਨੇ ਸਾਰੇ ਕਾਰਜ, ਵੇਖਿਓ ਸਹੀ ਤੁਸੀਂ। ਇੱਕ ਨਾ ਗੱਲ ਹੁਣ ਇਹ ਦਿਮਾਗ 'ਚ ਆਈ ਕਿ ਆਪਾਂ ਜਿਹੜੇ ਬੰਦੇ ਆਪਾਂ ਇਨਸਾਨ ਆ, ਆਪਾਂ ਪੈਸਾ ਕਮਾਉਣ ਦੇ ਚੱਕਰ 'ਚ, ਆਪਣਾ ਫਿਊਚਰ ਬਣਾਉਣ ਦੇ ਚੱਕਰ ਦੇ ਵਿੱਚ ਇੰਨਾ ਕੁ ਜ਼ਿਆਦਾ ਰੁੱਝ ਜਾਂਦੇ ਹਾਂ ਨਾ, ਆਪਾਂ ਨੂੰ ਜਿਹਨੇ ਭੇਜਿਆ ਹੁੰਦਾ ਆਪਾਂ ਉਹਨੂੰ ਹੀ ਭੁੱਲ ਜਾਂਦੇ ਕਿ ਸਾਨੂੰ ਭੇਜਿਆ ਕਿਹਨੇ ਆ, ਸਾਨੂੰ ਦੁਨੀਆਂ 'ਤੇ ਭੇਜਿਆ ਕਿਹਨੇ ਆ, ਹੈ ਨਾ, ਆਪਾਂ ਆਖੀਦਾ ਫਿਊਚਰ ਸੈੱਟ ਕਰ ਲਈਏ ਜਾਂ ਪਹਿਲਾਂ ਆਹ ਕੰਮ ਕਰ ਲਈਏ, ਕੋਈ ਨਹੀਂ ਗੁਰਦੁਆਰਾ ਸਾਹਿਬ ਕੱਲ੍ਹ ਨੂੰ ਚਲ ਜਾਵਾਂਗੇ, ਜੇ ਆਪਾਂ ਮੱਲਾ ਨੂੰ ਮੈਂ ਵੀ ਕਿਹਾ ਮਹਾਂਵੀਰ ਨੂੰ ਕਹਿ ਦਾਂ ਚੱਲ ਜੋ ਅੱਜ ਪਾਠ ਕਰ ਲਈ, ਅਤੇ ਉਦੋਂ ਬੰਦਾ ਨਹੀਂ ਕਰਦਾ, ਅਤੇ ਪਰ ਜਦੋਂ ਬੰਦਾ ਕਿਸੇ ਦੁੱਖ ਤਕਲੀਫ 'ਚ ਹੁੰਦਾ ਆ, ਹੈ ਨਾ, ਜਾਂ ਕੋਈ ਮੁਸੀਬਤ 'ਚ ਹੁੰਦਾ, ਤਾਂ ਫਿਰ ਮੂੰਹ ਜ਼ਬਾਨੀ ਚੱਲਦਾ ਕੰਮ, ਉਹਨੂੰ ਚੰਗਾ ਕਿ ਗੁਰੂ ਮਹਾਰਾਜ ਨੂੰ ਰੋਜ਼ ਯਾਦ ਰੱਖੋ, ਮੁਸੀਬਤ ਵਾਲੇ ਪਾਸੇ ਤੁਹਾਨੂੰ ਉਹਨੇ ਜਾਣ ਹੀ ਨਹੀਂ ਦੇਣਾ, ਹੈ ਨਾ। ਸੋ ਜਿਹੜੇ ਆਪਾਂ ਨੂੰ ਭਰਾ ਫੋਲੋ ਕਰਦੇ, ਆਪਣਾ ਵਲੋਗ ਵੇਖਦੇ ਆ, ਉਹ ਇਹ ਕੰਮ ਜ਼ਰੂਰ ਕਰਿਆ ਕਰੋ ਮੇਰਾ ਭਰਾ, ਗੁਰੂ ਮਹਾਰਾਜ ਦੇ ਘਰ ਜ਼ਰੂਰ ਜਾਇਆ ਕਰੋ, ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਜੇ ਨਾ, ਕਿਸੇ ਵੀ ਧਰਮ ਨੂੰ ਤੁਸੀਂ ਮੰਨਦੇ ਜੇ, ਜਿੱਥੇ ਤੁਹਾਡੀ ਸ਼ਰਧਾ ਵਾ ਉੱਥੇ ਜ਼ਰੂਰ ਜਾਓ, ਕਿਸੇ ਵੀ ਧਰਮ ਨੂੰ ਮਾੜਾ ਨਹੀਂ ਬੋਲਣਾ। ਜਿਹੜੇ ਭਰਾ ਮੈਨੂੰ ਫੋਲੋ ਕਰਦੇ ਨਾ, ਕਿਸੇ ਵੀ ਤੁਸੀਂ ਮੰਨ ਲਓ ਕਿਸੇ ਵੀ ਧਰਮ ਨੂੰ ਮੰਨਦੇ, ਦੂਜੇ ਧਰਮ ਬਾਰੇ ਕਦੇ ਵੀ ਗਲਤ ਨਹੀਂ ਬੋਲਣਾ, ਨਾ ਗਲਤ ਸੋਚਣਾ। ਅੱਜ ਕੱਲ੍ਹ ਆਪਣੇ ਪੰਜਾਬ 'ਚ ਚੀਜ਼ਾਂ ਆਮ ਹੀ ਚੱਲਦੀਆਂ, ਹੈ ਨਾ, ਕਿ ਜਿਹੜਾ ਇੱਕ ਧਰਮ ਨੂੰ ਮੰਨਦਾ ਦੂਜੇ ਧਰਮ ਨੂੰ ਭੰਡਣ ਡਿਆ ਪੈਂਦੇ, ਇਹ ਕੰਮ ਕਦੀ ਨਹੀਂ ਕਰਨਾ, ਰੱਬ ਇੱਕ ਹੀ ਆ। ਠੀਕ ਹੈ ਭਾਈ, ਪਹੁੰਚ ਗਏ ਮੁੰਡੇ ਜੀਮ, ਹੈ ਮੇਰਾ ਫੋਨ ਫੜ ਲਿਆ, ਵਲੌਗ ਅਪਲੋਡ 'ਤੇ ਲਾਇਆ, ਵਲੌਗ ਮਿੱਤਰੋ ਅੱਜ ਮੈਂ ਅਪਲੋਡ 'ਤੇ ਲਾਇਆ ਸਵੇਰ ਦਾ,
ਵਾਈਫਾਈ ਤਾਂ ਸਾਡੇ ਬੇੜਾ ਕਰਕੇ ਹੋਇਆ ਪਿਆ ਅਤੇ ਹਜੇ ਵੀ ਇੱਕ ਵਾਰ ਪਤਾ ਨਹੀਂ ਕੀ ਚੱਕਰ ਹੋ ਗਿਆ ਇੱਥੋਂ ਤੱਕ ਆ ਕੇ ਫਿਰ ਦੁਬਾਰਾ ਸ਼ੁਰੂ ਹੋ ਗਿਆ, ਰੀਅਪਲੋਡ ਤਾਂ ਹੋ ਗਿਆ ਯਾਰ, ਬੜੀ ਗਲਤ ਗੱਲ ਆ ਯਾਰ। ਹੈਂ ਅੱਜ ਅਸੀਂ ਆਏ ਦੋਵੇਂ ਜਣੇ ਮਾਂ ਵੀਰੋ ਨੇ ਕੁੱਤਿਆਂ ਨੂੰ ਦਵਾਈ ਦਵਾਉਣ ਗਏ ਆ, ਅੱਜ ਗੁਰੀ ਤਾਂ ਢਿੱਲੋ ਬੁੱਕਣਗੇ ਜਿੰਮ ਦੇ ਵਿੱਚ। ਚਲੋ ਬਈ ਆ ਜਾਓ ਉਸਤਾਦ ਜੀ, ਓਕੇ ਆ ਜਮਾ ਓਕੇ, ਢਿੱਡ ਵੱਧ ਗਿਆ ਫਿਰ ਥੋੜ੍ਹਾ ਜਾਣਾ ਨਹੀਂ ਢਿੱਲਾ ਪੈ ਗਿਆ, ਸੈਰ ਕਰਦੇ ਸ਼ੁਰੂ ਫਿਰ ਹੋ ਜਾਣਾ ਓਕੇ। ਲਓ ਬਈ ਮਿੱਤਰੋ ਵਰਕਆਊਟ ਮੈਂ ਅਤੇ ਗੁਰੀ ਉਸਤਾਦ ਦੋਵਾਂ ਨੇ ਲਾ ਲਿਆ, ਅੱਜ ਮਾਂ ਵੀਰੋ ਨਾਲ ਦਸ਼ਾਮਣ ਦਵਾਵਾਂਗੇ, ਅਸੀਂ ਇਹਦੇ ਨਾਲ ਕੈਮਰਾ ਲੈਣ ਜਾਣਾ ਅਸਲ ਦੇ ਵਿੱਚ, ਫਿਰ ਘੈਂਟ ਘੈਂਟ ਫੋਟੋਆਂ ਰੀਲਾਂ ਤੁਹਾਡੇ ਵਾਸਤੇ ਪੇਸ਼ ਕਰਾਂਗੇ। ਕਿਉਂਕਿ ਕੈਮਰਾ ਲਿਆਉਣ ਦਾ ਸਾਡਾ ਕਾਰਨ ਪਤਾ ਕੀ ਆ, ਪੋਡਕਾਸਟ ਜਿਹੜਾ ਚੈਨਲ 'ਤੇ ਆਪਾਂ ਸ਼ੂਟ ਕਰਨਾ ਨਾ ਉਹਦੇ ਵਾਸਤੇ ਕੈਮਰਾ ਜ਼ਰੂਰੀ ਆ, ਅਤੇ ਪੋਡਕਾਸਟ ਵੀ ਆਪਣਾ ਇਹੋ ਜਿਹੇ ਬੰਦਿਆਂ ਨੇ ਕਰਨਾ ਵਾ ਕਿ ਜਿਹੜੇ ਮੇਰੀ ਜ਼ਿੰਦਗੀ ਦੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਵਾਕਫ ਆ, ਕਿ ਮੇਰੀ ਜ਼ਿੰਦਗੀ ਦੇ ਨਾਲ ਨਾਲ ਉਹ ਚੱਲਦੇ ਆਏ ਆ, ਮੇਰੇ ਯਾਰ ਦੋਸਤ ਵੀ ਆ, ਮੇਰੇ ਭਰਾ ਵੀ ਆ, ਹੈ ਨਾ, ਅਤੇ ਸੁਲਝੇ ਹੋਏ ਬੰਦੇ ਆ, ਮਤਲਬ ਕਿ ਇਹ ਨਹੀਂ ਕਿ ਆਪਾਂ ਐਵੇਂ ਕਹਿ ਲਈਏ ਕਿ ਹਾਂ ਵੀ ਇੱਕ ਹੁੰਦਾ ਨਾ ਬੰਦਾ ਕਿ ਹਾਂ ਵੀ ਜ਼ਿਆਦਾ ਹਾਸੇ ਮਜ਼ਾਕ ਵਾਲਾ ਹੁੰਦਾ ਕੰਮ, ਉਹ ਸੁਲਝੇ ਹੋਏ ਦੋਵੇਂ ਬੰਦੇ, ਜਿੱਦਾਂ ਆਪਾਂ ਮਿਹਨਤ ਕਰਕੇ ਅੱਗੇ ਆਏ ਨਾ, ਉਹ ਵੀ ਦੋਵੇਂ ਵੀਰ ਆਪਣੇ ਮਿਹਨਤ ਕਰਕੇ, ਕਿਉਂਕਿ ਇਕੱਠੇ ਹੀ ਸ਼ੁਰੂ ਕੀਤਾ ਸੀ, ਗੁਰਪ੍ਰਤਾਪ ਨੇ ਤਾਂ ਮੇਰੇ ਨਾਲ ਹੀ ਸ਼ੁਰੂ ਕੀਤਾ ਸਾਰਾ ਕੁਛ, ਇੱਕ ਆਪਣਾ ਜੀ ਗਰੁੱਪ ਹੈ, ਆਪਣਾ ਵੱਡਾ ਭਰਾ ਆ ਉਹ ਮਤਲਬ ਕਿ ਜੇ ਕਹਿ ਲਈਏ ਕਿ ਬਹੁਤ ਜ਼ਿਆਦਾ ਸਿਆਣਪ ਦੇ ਵਿੱਚ ਆਪਣੇ ਨਾਲੋਂ 10 ਗੁਣਾ ਵੱਧ ਕੇ ਹੋਊਗਾ, ਹੈ ਨਾ, ਅਤੇ ਕੋਸ਼ਿਸ਼ ਆ ਕਿ ਅਗਲੇ ਹਫ਼ਤੇ ਆਪਣਾ ਪੋਡਕਾਸਟ ਆ ਜੂਗਾ, ਆਪਾਂ ਪਰਸੋਂ ਜਾਂ ਚੌਥ ਸ਼ੂਟ ਕਰ ਲੈਣਾ ਗੁਰੀ ਉਸਤਾਦ। ਗੈਂਗ ਮੇਰੀ ਤੁਰੀ ਆਉਂਦੀ ਹੈ, ਗੋਰੀ ਕਿੱਥੇ ਆ, ਹੈਂ ਤਰਨ ਤਰਨ ਕਰਨ ਗਿਆ, ਹੈਂ ਚੱਲੀ ਆਪਾਂ, ਉਹ ਫਿਰਦਾ ਰਹਿੰਦਾ ਉਹਨੇ ਵਿਗੜ ਜਾਣਾ ਜੇ ਮੈਂ ਤੁਹਾਨੂੰ ਮੰਨਦਾ ਜੀ। ਮੈਂ ਵੀ ਮਿੱਤਰਾਂ ਨੂੰ ਵੀਡੀਓ ਵਿਖਾਈ, ਮੈਂ ਕਿੱਦਾਂ ਲੱਗੀ, ਬੜੀ ਘੈਂਟ ਗਾਣੇ ਦੀ ਮਿੱਤਰੋ ਵੀਡੀਓ ਆ ਗਈ ਆ, ਰਫ ਘੱਟ ਆਇਆ ਅਜੇ ਤਾਂ, ਰਫ ਘੱਟ ਸਰਪੰਚ ਨਾਲ ਲੂਈ ਗੰਢੇ ਖੜੇ ਕਰਾਤੇ ਮੈਂ, ਇਹਦੇ ਵਿੱਚ ਕੁਛ ਜ਼ਿੰਦਗੀ ਪੇਸ਼ ਹੋਈ ਗੁਰੀ ਆਪਣੀ 2018 ਵਾਲੀ, ਥੋੜ੍ਹੀ ਥੋੜ੍ਹੀ ਗਲਤ ਕੰਮਾਂ ਜਦੋਂ ਪੈ ਲੱਗੀ। ਮਾਂ ਵੀ ਰਾਜ ਦੀ ਗੱਡੀ ਚਲਾਏਗਾ ਤੂੰ, ਜੱਜੀ ਗਾੜੀ ਤੇ ਮੰਦੇ ਨੇ ਵਿਚਕਾਰ ਬਣਾਉਣਾ ਸੀ ਸਰਸ ਕਰਨ ਵਾਲੀ, ਚੱਲ ਬਹਿ ਓਏ ਚੱਲ, ਮੁਲਾਜ਼ਮ ਵਾਲਾ ਗੁੱਸਾ ਨਹੀਂ ਵੇਖਿਆ ਮੇਰਾ ਜੀ, ਨਹੀਂ ਯਾਰ ਕਾਜ ਕਿੱਥੇ ਆ, ਕਾਜ ਕਰ ਗੱਡੀ ਦੇ ਦੰਦ ਕੱਢੀ ਜਾਂਦਾ ਆ, ਹੈਂ ਸਾਲੇ ਦਾ ਮੂੰਹ ਵੀ ਕਿਹੋ ਜਿਹਾ ਗਿਆ ਜੀ, ਕਾਗਜ਼ ਦੇ ਗਿਆ ਹਾਸੇ ਮਜ਼ਾਕ, ਹਾਸੇ ਮਜ਼ਾਕ ਵਾਲਾ ਦਬਕਾ, ਇਹ ਸੱਚੀ ਸੀਰੀਅਸ ਲੈ ਗਏ ਤੁਸੀਂ, ਸ਼ੀਸ਼ੇ ਖੁੱਲੇ ਆ, ਜੇ ਕਹਿੰਦੇ ਪੰਦ ਫੂਸੀ ਮਾਰਨੀ ਹੋਣੀ ਮਾਰ ਲਓ, ਰਾਤ ਨੀ ਕੰਦ ਪੜਾ ਕੇ ਮਾਰ ਲਾ ਭਰਾ, ਭੁੱਖ ਲੱਗੀ ਜੇ ਸਿੱਧੀ ਨੇ ਗੱਡੀ ਕਿਤੇ ਚਾੜਦੇ ਹੋ, ਹੈ ਬਹੁਤ ਜ਼ਿਆਦਾ ਭੁੱਖ ਲੱਗੀ ਆ ਮੇਰੇ ਭਾਈ, ਬਾਸਕਿਨ ਰੋਬਿਨ ਪਲੱਸ ਸਬਵੇ, ਟੱਕ ਟੱਕ ਉਸਤਾਦ ਤੇ ਜਿੱਦਾਂ ਕਹਿੰਦਾ ਉੱਦਾਂ ਲਾ ਦੇ ਗੱਡੀ, ਨਹੀਂ ਨਹੀਂ ਪੈਰਾਂ 'ਚ ਨਹੀਂ ਮਾਰਨੀ ਪਊ, ਭੁੱਖ ਬੜੀ ਲੱਗੀ ਜੀ, ਪੈਕ ਕਰਾਉਣਾ ਖਾਣਾ ਜੇ, ਆਪਾਂ ਖਾ ਲਈਏ ਗੁਰੀ ਵੀਰ, ਨੱਪਦੀ ਕਿੱਲੀ ਨੱਪ ਦੋ ਫਿਰ, ਕੀ ਕਹਿੰਦੇ ਜੀ, ਕੀ ਨੀ ਆਉਂਦੀ ਸੈਟਿੰਗ, ਨੀ ਆਉਂਦੀ ਸੈਟਿੰਗ, ਤੁਹਾਡੀ ਸਾਰਿਆਂ ਦੀ ਹੋ ਗਈ ਆ, ਮੈਂ ਕੱਲਾ ਰਹਿ ਗਿਆ ਸਾਲਿਓ, ਤੇਰੇ ਫੋਨ ਦੇ ਮੈਂ ਗੱਲ ਤੈਨੂੰ ਕੱਲ ਲੱਗੇ ਵੇਖ ਲਿਆ ਬਸ, ਨਹੀਂ ਨਹੀਂ ਇੰਨਾ ਨਹੀਂ ਝੂਠ ਮਾਰੀਦਾ ਹੁੰਦਾ, ਹੈਂ ਜਿਹੜਾ ਕੰਮ ਤੁਸੀਂ ਕਰਦੇ ਮੈਂ ਇੰਨਾ ਲੰਘ ਚੁੱਕਾ ਹੈ, ਹੈਂ ਆਟਾ ਪਟਾ ਪਾਵਾਂ, ਦੱਸੀ ਸੌਂਖ ਆਈ ਮੇਰੀ ਸੌਂਖ ਆ, ਤੇਰੀ ਮੈਂ ਕਹਿਣ ਡਿਆ, ਚੱਲ ਵੇ ਭਾਈ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ, ਖਿੱਚੋ ਗੱਡੀ ਲੁਧਿਆਣੇ ਕੋ, ਜਲੰਧਰ ਵਾਲਾ ਕਮਾ ਕਰ ਲੈਂਦੇ ਨਾ, ਕੈਮਰਾ ਲੈਣਾ ਹੁੰਦਾ ਦੁਕਾਨ ਦੇ, ਲੋਬੀ 12:41 ਹੋ ਚੁੱਕੇ ਨੇ ਮੇਰੇ ਵੀਰੇ, ਉਹ ਕੀ ਕਰਨਾ ਕੀ ਰੁਮਾਲ ਪਾਉਣਾ, ਜਾਲੀ ਕਿੱਥੇ ਆ ਗੱਡੀ ਦੀਆਂ, ਜਾਲੀਆਂ ਬਣਵਾ ਦੀ ਨਵੀਆਂ ਨਾ ਇੱਕ, ਜਿੱਦਾਂ ਅੰਮ੍ਰਿਤਸਰ ਗਏ ਨਾ ਉਧਰ ਬਣਵਾ ਲਾ, ਗਾਰਡ ਦੀ ਜਾਲੀਆਂ ਦੀ ਹੈਗੀਆਂ ਪਤਾ ਨਹੀਂ ਕਿੱਥੇ ਪਈਆਂ ਆ, ਸਹੀਆਂ ਘਰੇ ਨੇ ਕਿਤੇ, ਘਰੇ ਕਿਤੇ ਨਾ, ਬਾਪੂ ਨੇ ਸਮਝਦੇ ਹੋਣੇ, ਬਾਹਰਲੇ ਪਾਸੇ ਜਾਵਾਂ ਮੜਾ ਮੈਂ,
ਇਹ ਨਾ ਸੜਕ ਖਾਂਦੇ ਅਜਰ ਮਾਲ ਕਰੇ ਸਾਡੀਆਂ ਨਾ ਬਾਜੀਆਂ ਪਤਾ ਕਿਤੇ। ਚਲੋ ਬਈ ਚਲੀਏ ਲੋਏ ਲੋਏ, ਅੱਜ ਗੁਰੂ ਸ਼ਾਮਾਂ ਟਾਈਮ ਸਿਰ ਪਹੁੰਚ ਗਏ ਤਾਂ ਆਪਾਂ ਥਾਂ ਵੀ ਪਾਉਣਾ ਜੇ, ਆਪਾਂ ਰੋਜ਼ ਘਾੜੂ ਕਰ ਦਿੰਦੇ ਹਾਂ ਅੱਗ ਉੱਗ ਲਵਾ ਕੇ ਨਾ ਬਾਪੂ ਦੇ ਨਾਲ, ਰੋਟਾਵੇਟਰ ਪਾ ਕੇ ਧੁੱਕੀ ਮੇਰੀ ਥਾਂ ਦੀ, ਫਿਰ ਆਪਾਂ ਗੱਡੀਆਂ ਜਿਹੜੇ ਪੰਗੇ ਲਿਆ ਕਰਨੇ ਲਵਾਂਗੇ ਉੱਥੇ। ਫਿਰ ਲੈ ਵੀ ਮਿੱਤਰਾ ਡਰਾਈਵਰ ਚੇਂਜ ਕਰਤਾ ਜੀ, ਸਰਪੰਚ ਤੋਂ ਗੁਰੀ ਵੀਰ ਕਰਤਾ ਜੀ, ਹੈਂ ਲੋਸ ਏਂਜਲਸ, ਇਹ ਲੋਸ ਏਂਜਲਸ ਅਮਰੀਕਾ 'ਚ ਪੈਂਦਾ ਨਾ ਗੁਰੀ ਵੀਰ, ਮਹਾਰਾਜ ਸੱਚੇ ਪਾਤਸ਼ਾਹ ਜਾਣਾ ਤਾਂ ਜਾਣਾ ਅਮਰੀਕਾ। ਇੱਕ ਵੀਰ ਦਾ ਕਮੈਂਟ ਆਇਆ ਕੱਲ੍ਹ ਪਰਸੋਂ ਕਹਿੰਦਾ ਕਿ ਪਾਸਪੋਰਟ ਫਰੈਸ਼ ਆ, ਪਹਿਲਾਂ ਹੋਰ ਕੇ ਦੇਸ਼ ਗੇੜਾ ਮਾਰਾ ਉਹ, ਉੱਦਾਂ ਜਾਣ ਮੇਰੇ ਡੁਬਈ ਜਾਣਾ ਆਪਾਂ ਘੁੰਮਣ ਫਿਰਨ ਵਾਸਤੇ, ਚੱਲ ਗੋਰੀ ਦਾ ਜਿੱਦਣ ਪਾਸਪੋਰਟ ਆ ਗਿਆ ਉਦੋਂ ਜਾਵਾਂਗੇ, ਪਰ ਫਿਲਹਾਲ ਨਾ ਗਰਾਰੀ ਤਾਂ ਸਾਲੀ ਇਹੋ ਹੀ ਆ, ਜਾਣਾ ਤਾਂ ਜਾਣਾ ਅਮਰੀਕਾ ਆ। ਪਤਾ ਨਹੀਂ ਅਮਰੀਕਾ ਕਿਉਂ ਇੰਨਾ ਪਸੰਦ ਆ, ਉੱਥੋਂ ਦੇ ਜ਼ਿਆਦਾ ਭਰਾਵਾਂ ਦੇ ਮੈਸੇਜ ਅਮਰੀਕਾ ਦੇ ਆਉਂਦੇ ਆ, ਟਰੱਕ ਵਾਲੇ ਵੀਰ ਨਹੀਂ ਜਿਹੜੇ ਆਪਣੇ ਜ਼ਿਆਦਾ ਅਮਰੀਕਾ, ਬੜੇ ਮੈਸੇਜ ਆਉਂਦੇ ਸਨੈਪਚੈਟ 'ਤੇ ਵੀਰਾਂ ਭਰਾਵਾਂ ਦੇ ਆਉਂਦੇ ਰਹਿੰਦੇ ਆ। ਵਾਹ ਮਿੱਤਰ ਲੁਧਿਆਣੇ ਪਹੁੰਚ ਚੁੱਕੇ ਯਾਰ, ਹੋਣੀ ਲੁਧਿਆਣੇ ਤੋਂ ਬਾਅਦ ਫਿਰ ਰੁਕਾਂਗੇ ਜਲੰਧਰ, ਜਲੰਧਰ ਤੋਂ ਬਾਬਾ ਸੁੱਖ ਰੱਖਿਆ ਜਦ ਨਵਾਂ ਕੈਮਰਾ ਆਪਾਂ ਲੈ ਲੈਣਾ, ਘੈਂਟ ਘੈਂਟ ਵੀਡੀਓ ਫੋਟੋ ਫਿਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਅਤੇ ਕਰਿਓ ਪਿਆਰ। ਹਾਂ ਸੁਸਤੀ ਉੱਠ ਬਹੁ, ਹੈਂ ਥੋੜ੍ਹਾ ਪੀਆ ਕਰੋ ਮਾਵਾਂ ਪ੍ਰੋਟੀਨ ਜਿਹਾ, ਧੀ ਨੂੰ ਲੱਕੜ ਨਹੀਂ ਡੱਬਾ ਜਾਵੇ ਸਾਲਾ, ਚਾਰ ਦਿਨ ਨਹੀਂ ਕੱਢਦਾ, ਕਿੰਨੇ ਡੱਬੇ ਖੜ੍ਹੇ ਸੀ 27,000 ਦਾ ਪ੍ਰੋਟੀਨ ਖੜ੍ਹਾ, ਤੂੰ ਮੈਂ ਫਿਰ ਇੱਕ ਨਾਲ ਲੈ ਕੇ ਆ, ਅੱਜ ਫਿਰ ਮੈਂ ਸਿਆਣੇ ਹੱਥੀ ਨਾਲ ਆਇਆ, ਕੀ ਕਰਦੇ ਆ ਕਿ ਸਕੂਪ ਨਾ ਡੱਬੇ ਲਗਾ ਲੈਣੇ ਆ ਆਪਣੇ ਹਿਸਾਬ ਨਾਲ ਪ੍ਰੋਟੀਨ ਪਾਪਾ ਦਿਆ ਕਰਨਾ ਇਹਨਾਂ ਨੂੰ। ਆਹ ਵੇਖ ਗੈਂਗ ਆਉਂਦੀ ਵੇ, ਹੈ ਕਿੱਦਾਂ ਆਉਂਦੇ ਵੇ, ਆ ਜਾਓ ਵੀ ਗੈਂਗ, ਆ ਜਾਓ ਆ ਜਾਓ, ਖਾਈ ਜੋ ਲੇਸ, ਐਡਾ ਮਹਿੰਗਾ ਪ੍ਰੋਟੀਨ ਲੈ ਕੇ ਤੇ ਵੇਖ ਲਾ ਫਿਰ ਲੇਸਾਂ ਡਿੱਗਦੇ ਪਤੇ ਮੇਰੇ, ਹੈਂ ਕਿੱਥੇ ਮੈਨੂੰ ਬਾਹਰ ਖਾਈ ਪਾਊਗਾ, ਐਡਾ ਵੇਖ ਕਿੱਦਾਂ ਡਿਆ ਤੂੰ ਤੂੰ ਜੱਜੀ, ਤਗੜਾ ਆ ਤੇਰਾ ਪ੍ਰੋਟੀਨ ਬੜਾ ਮਹਿੰਗਾ ਆਇਆ ਵਾ, ਸਭ ਤੋਂ ਜ਼ਿਆਦਾ ਮਹਿੰਗਾ ਪ੍ਰੋਟੀਨ ਜੱਜੀ ਦਾ ਆ, ਬਾਕੀ ਸਰਪੰਚਾਂ ਦੀ ਖੈਰ ਸੌਖੀ ਆ। ਪਿਛਲੇ ਹਫ਼ਤੇ ਤੁਸੀਂ ਸਮਾਨ ਕਿਹੜਾ ਖੜਿਆ ਸੀ ਓਏ, ਕਿਉਂ ਕਿਹੜੇ ਡੱਬੇ ਲੈ ਗਏ ਜੀ, 38,000 ਰੁਪਇਆ ਦਾ ਦੋ ਹਫ਼ਤੇ ਦਾ ਬਣਿਆ, ਬੱਲਾ ਬੱਲਾ ਨਹੀਂ, ਹੁਣ ਜਿਹੜਾ ਜਿੰਮ ਨਾ ਗਿਆ ਲੰਮੇ ਪਾਪਾ ਧੂ ਧੂ ਮੈਂ ਸੁਹਾਗੇ ਮਗਰ ਪਾ ਕੇ ਲੈ ਜਾਣੇ ਸਾਰੇ, ਤੇਰਾ ਵੀ ਬੈਗ ਪਾ ਲਈ ਤਾਂ ਮਾਮਾ ਪੈਸੇ ਵਾਲਾ ਬਗਦਾ ਮੋਢੇ 'ਤੇ ਪਤਾ ਨਹੀਂ, ਹੈਂ ਮੈਨੂੰ ਜਿੰਮ ਤੁਹਾਡਾ ਮੈਨੂੰ ਬੰਦ ਕਰਾਉਣਾ ਪੈਣਾ, ਨਾ ਆਉਣਾ ਪੈ ਕਹਿੰਦਾ ਗੁਰੀ ਸਾਹਿਬ ਆਪਾਂ ਇਹਨਾਂ ਦੇ, ਇਹਨੂੰ ਵੀ ਪੜ੍ਹਨ ਲੱਗ ਜਾਂਦਾ ਇਹਨਾਂ ਨੇ, ਸਰਪੰਚਾਂ ਪ੍ਰੋਟੀਨ ਘੱਟ ਪਿਆ ਕਰੋ ਬਹੁ, ਇੱਦਾਂ ਨਹੀਂ ਆਪਾਂ ਨੂੰ ਵਾਰਾ ਖਾਣਾ, ਮੈਂ ਸਾਰਾ ਜ਼ਿੰਦਗੀ ਵੀ ਠੀਕ ਸੀ ਮੈਂ ਅਤੇ ਗੁਰੀ ਸਾਹਿਬ ਦੋਵੇਂ, ਗੁਰੀ ਆਪਾਂ ਚੁੱਕੀ ਆਪਣਾ ਬੋਰੀ ਬਿਸਤਰਾ ਜਿਹਾ, ਆਪਾਂ ਨੂੰ ਆਪਾਂ ਦੋਵਾਂ ਨੂੰ ਪਿੰਡ ਲੱਗਾ ਵੇ ਬੜਾ ਮਹਿੰਗਾ ਪੈਣ ਡਿਆ, ਡੱਬਾ ਮੈਂ ਨਾ ਉਹ ਗੇਂਦਰ 5 ਕਿਲੋ ਦਾ ਸੀ ਇਹਨਾਂ ਦਾ, ਹਟਦੇ ਕਹਿੰਦੇ ਚੋਬਰ ਕੀ ਲੈਂਦਾ ਜੀ ਹੁਣ, ਤੁਹਾਡਾ ਭਲਾ ਜੇ ਤੁਹਾਡਾ, ਤੁਸੀਂ ਤੇ ਗੁਰੂਆ ਮੈਨੂੰ ਪੈਂਦੇ ਰੋਜ਼ 10-15,000 ਚ ਸਾਰੇ ਗੈਂਗ ਦੇ, ਕਿਉਂ ਗੁਰੀ ਸਾਹਿਬ ਸਮਝਾਈਏ ਇਹਨਾਂ ਨੂੰ ਕੁਝ ਪੈਸੇ ਰੁੱਖਣ ਲੱਗਦੇ ਸਰਪੰਚ, ਚੰਗਾ ਵੀ ਲੁਧਿਆਣੇ ਵਾਲੇ ਬਾਏ ਬਾਏ ਲੁਧਿਆਣੇ, ਉਹਨਾਂ ਦਾ ਬਾਹਲਾ ਮਹਿੰਗਾ ਪੈਂਦਾ ਕੁੜੀਆ ਵਾ ਨੂੰ, ਕਈ ਵੀਰ ਪੁੱਛਦੇ ਮੈਨੂੰ ਕਹਿੰਦੇ ਪ੍ਰੋਟੀਨ ਵਾਲੀ ਸਪਲੀਮੈਂਟ ਵਾਲੀ ਸ਼ੋਪ ਦੱਸ ਦੋ ਵੀਰ, ਆਪਾਂ ਨਹੀਂ ਦੱਸ ਸਕਦੇ, ਕੱਲ ਨੂੰ ਕਿਸੇ ਦਾ ਨੁਕਸਾਨ ਹੋ ਗਿਆ ਕਹਾਂਗੇ ਬਾਏ ਘੰਟੇ ਲੋਨੇ ਕਿਹਾ ਉੱਥੋਂ ਲਈ ਆ, ਇਸ ਚੀਜ਼ ਦੇ ਵਿੱਚ ਆਪਾਂ ਨਹੀਂ ਤੁਹਾਡਾ ਮਦਦ ਕਰ ਸਕਦੇ ਮੇਰਾ ਭਾਊ,
ਪਤਾ ਕੀ ਆ ਬਾਅਦ ਲਈ ਭਾਵੇਂ ਹੋਰ ਕਿਤੇ ਹੋਵੇ, ਢਿੱਲੋਂ ਦੇ ਕਹਿਣ ਤੇ ਖਾਧੀ ਲੀਵਰ ਚਾਹ ਹੋ ਗਿਆ। ਆਪਾਂ ਜਿਹੜੀ ਚੀਜ਼ ਪਾਊ ਇਹ ਚੀਜ਼ ਦਾ ਪਤਾ ਕੀ ਆ, ਡੱਬਿਆਂ 'ਚ ਬੜਾ ਕੁਝ ਬਨ ਸਵਨੀ ਚੀਜ਼ਾਂ ਆਉਂਦੀਆਂ, ਕੱਲ੍ਹ ਨੂੰ ਇੱਕ ਵਾਰ ਡੱਬਾ ਬਣ ਨਿਕਲ ਆਇਆ ਨਾ ਸਾਰਾ ਵਜਨ ਕੀਤੀ ਕਰਾਈ ਖੂਹ 'ਚ ਪੈ ਜਾਂਦੀ ਆ। ਹਸਾਏ ਦਾ ਨਾਂ ਨਹੀਂ ਹੁੰਦਾ ਗੁਰੀ ਵੀ, ਰਵਾਏ ਦਾ ਹੋ ਜਾਂਦਾ ਆ ਹਨਾ। ਅਸੀਂ ਹਸਾਉਂਦੇ ਹਸਾਉਂਦੇ ਅਸੀਂ ਰਵਾ ਪਈਏ ਸੱਜੀਆਂ। ਇਹ ਵੀਰ ਜੀ ਤੁਸੀਂ ਆਪੇ ਪਤਾ ਕਰੋ, ਤੁਹਾਨੂੰ ਵੈਸੇ ਤਾਂ ਮੈਂ ਇੱਕ ਗੱਲ ਕਹਾਂ, ਬਾਹਰੋਂ ਮੰਗਾ ਲਓ ਜਿਹੜਾ ਵੀਰ ਭਰਾ ਕੋਈ ਬਾਹਰੋਂ ਨੜਾਉਣ ਵਾਲਾ ਸੱਜਣਾ ਹੈਗਾ ਨਾ, ਸਾਨੂੰ ਪੈਸੇ ਦੇ ਕੇ ਬਾਹਰੋਂ ਮੰਗਾ ਲਓ, ਉਹ ਵਧੀਆ ਜੀ। ਏਡੇ ਅੰਤਰੇ ਨਾਲ ਸੇਲ ਲੈਣ ਘੱਲਿਆ, ਮੈਂ 50-60 ਰੁਪਏ ਕਿਲੋ ਨੇ ਲੈ ਕੇ ਆਉਣ ਗਿਆ ਵੇ। ਹੁਣ ਕਿੰਨੇ ਦੇ ਆਏ, ਕਿੰਨੇ ਰੁਪਏ ਕਿਲੋ ਆਏ? 340 ਵਾਲੇ ਮੂੰਹ ਆਪਣੇ ਕਿਸੇ ਦਾ ਨਹੀਂ ਗਏ ਸੇਬ ਖਾਣ ਵਾਲਾ, ਜਿੱਡੇ ਮਹਿੰਗੇ ਸੇ ਆ ਨਾ ਇਹ ਕੁੜੀਆਂ। ਮੈਂ ਨਾ ਕਿ ਆਪਾਂ ਇੱਕੋ ਸੇਬ ਦੀਆਂ ਫਾੜੀਆਂ ਕਰ ਲਈ ਸਾਰੇ ਜਾਣੇ, ਮੈਂ ਅੱਧਾ ਅੱਧਾ ਕਿਉਂ ਇੱਕ ਇੱਕ ਫਾੜੀ ਡੱਕੀ ਵੱਢ ਲਈ ਕਿਤੇ ਸੱਚੀ ਨਾ ਉਹ ਗੱਲ ਸਰਪੰਚ ਕਿੱਦਾਂ ਹੁੰਦਾ ਨਾ ਮਾਰਨੀਆਂ ਟੱਕੀਆਂ ਦੋ ਤਿੰਨ ਹੈਂ ਕਿੱਦਾਂ ਮਿੱਠਾ ਆ ਹਜੇ ਨਾ ਮਿੱਠਾ ਆ, ਮਾੜੀ ਗੱਲ ਸਾਲੇ ਵਾਪਸ ਕਰਕੇ ਆਉਣੇ ਪੈਣੇ ਤੂੰ ਆ ਖੜਾ ਆਲਾ ਸੇਬ ਸਾਲੇ ਵੇਲਾ ਫਿਰ ਗਲਤ ਲੈ ਜਾਂਦੇ ਗੱਲ ਨੂੰ। ਬੜੀ ਲੋਕਾਂ ਦੀ ਗਲਤ ਗੱਲ ਹੈ ਸੋਹਣੇ ਹੋ, ਜਦੋਂ ਤੁਸੀਂ ਮੋਟਰਸਾਈਕਲ ਤੇ ਹੁੰਦੇ ਜੇ ਨਾ ਫੋਨ ਖਲਾਰ ਕੇ ਚੁੱਕ ਲਿਆ ਕਰੋ। ਮੇਰਾ ਭਰਾ ਵੀ ਨਾ ਫੋਨ ਚੁੱਕਦੇ ਚੁੱਕਦੇ ਰੂੜੀ ਦੇ ਵੱਜੋ ਕੇ ਜਾ ਕੇ, ਮੇਰਾ ਇੱਕ ਯਾਰ ਹੁੰਦਾ ਸੀ ਗੁਰੀ ਸਤਾਰ, ਇਹਨੇ ਟਿਊਸ਼ਨ ਪੜ੍ਹਦੇ ਹੁੰਦੇ ਸੀ ਤੇ ਇੱਕ ਗੱਡੇ ਦਾ ਸੀ ਉਹ। ਮੈਂ ਨਾ ਮਤਲਬ ਕਿ 10 ਸਕਿੰਟ ਲੇਟ ਆਊਂਗਾ ਤੇ ਉਹ ਜਦੋਂ ਮੋੜਾ ਮੁੜਿਆ ਕਿੱਟ ਸੁਲਤ ਕਰਨ ਲੱਗਾ ਤੇ ਉਹ ਡਿੱਪ ਜਾ ਕੇ ਰੂੜੀ ਦੇ। ਮੈਂ ਜਦੋਂ ਨਿਕਲਿਆ ਨਾ ਮੈਂ ਕਿਹਾ ਯਾਰ ਮੈਂ ਏਡੀ ਛੇਤੀ ਚਲ ਗਿਆ ਇੱਥੋਂ ਰਾਈਟ, ਹਾਂ ਮੈਂ ਕਿਹਾ ਯਾਰ ਏਡੀ ਛੇਤੀ ਕਿਤੇ ਚਲ ਗਿਆ ਵਾ ਇਹ ਗੁਰੂਆ। ਮੈਂ ਵੇਖਿਆ ਤੇ ਥੋੜਾ ਗਾਂ ਜਾ ਵੇਖਿਆ ਤੇ ਆਪਣੇ ਕੱਪੜੇ ਕੁਪੜੇ ਝਾੜਨ ਦੇ ਮੋਟਰਸਾਈਕਲ ਨੂੰ। ਇਨ 200 ਮੀਟਰਸ ਯੂ ਵਿਲ ਅਰਾਈਵ ਐਟ ਯੋਰ ਡੈਸਟੀਨੇਸ਼ਨ। ਮੈਂ ਕੱਢਿਆ ਕੁੱਢਿਆ ਸੀ ਭਰਾਵਾ ਕੱਚੇ ਜੋ ਕਿਤੇ, ਇਹੋ ਗੱਲ ਮੈਂ ਤੁਹਾਨੂੰ ਸਮਝਾਉਂਦਾ ਕਿ ਮੇਰੇ ਭਰਾ ਮੋਟਰਸਾਈਕਲ ਵਾਲੇ ਮੇਰੇ ਵੀਰ ਆ ਜਾਣ ਮੇਰੀ ਉਹ, ਤੁਸੀਂ ਨਾਲੇ ਆਪਣਾ ਨੁਕਸਾਨ ਕਰਾਓਗੇ ਤੇ ਨਾਲੇ ਕਿਸੇ ਗੱਡੀ ਥੱਲੇ ਆਓਗੇ। ਇਹ ਗੱਲ ਤੇ ਮੇਰੇ ਨਾਲ ਵੀ ਡਿੱਗਾ ਕਰੇ ਸਰਪੰਚ ਨਾਲ ਵੀ ਇਹੀ ਹੈ ਵੀ 8 ਜੇ ਬਣਾਉਂਦਾ ਜਾਂਦਾ ਪਿੰਡ ਨਹੀਂ 8 ਦੇ ਅਗਰ ਮੈਂ ਡਿੱਗਾ ਕਰਦਾ ਹੈਗਾ। ਨਹੀਂ ਯਾਰ ਧਿਆਨ ਨਾਲ ਚਲਾਇਆ ਕਰੋ। ਨਹੀਂ ਸੱਚੀ ਗੱਲ ਯਾਰ ਮੋਟਰਸਾਈਕਲ ਤੇ ਫੋਨ ਨਹੀਂ ਚੁੱਕਣਾ ਚਾਹੀਦਾ। ਨਹੀਂ ਚੁੱਕਣਾ, ਚੁੱਕ ਵੀ ਲਿਆ ਨਾ ਜੇ ਮੰਨ ਲਾ ਕਿ ਜਿਹੜਾ ਬੰਦਾ ਟੈਨਸ਼ਨ ਕੋਈ ਲੈ ਜਾਂਦਾ ਇਹੋ ਜਿਹੀ ਦਿਮਾਗ ਦੀ ਲੋੜ ਲੈ ਜਾਂਦਾ ਕਿਸੇ ਨੇ, ਫੋਨ ਹੀ ਹੋ ਜਾਂਦਾ। ਯੂ ਹੈਵ ਅਰਾਈਵਡ ਫਰ ਰਹਿਣਾ ਕਰੋ ਧਿਆਨ ਹੈਗਾ ਕਰੋ ਮੇਰਾ ਭਰਾ। ਤੇ ਬਾਕੀ ਭਰਾ ਕੈਮਰਾ ਸੱਚ ਆਪਾਂ ਲੈ ਲਿਆ ਘਰ ਜਾ ਕੇ ਇਹਨੂੰ ਵੇਹਨੇ, ਡੈਮੋ ਕੈਮਰਾ ਲਿਆ ਆਪਾਂ ਮਤਲਬ ਕਿ ਉਹਨਾਂ ਕੋਈ ਚੈੱਕ ਕਰਨੇ ਲੈ ਗਏ, ਜੇ ਤਾਂ ਆਪਣੇ ਸੂਤਰ ਆ ਗਿਆ ਫਿਰ ਆਪਾਂ ਚੱਕ ਲੈਣਾ ਸਾਰਾ ਹੀ, ਜੇ ਨਾ ਆਇਆ ਫਿਰ ਹੋਰ ਕੋਈ ਮਾਡਲ ਵੇਖਾਂਗੇ ਕੈਮਰੇ ਦਾ। ਕੁੜੀ ਦਾ ਨਹੀਂ ਮਾਮਾ ਸਾਡਾ ਦੇ ਵੇਖ ਕਿੱਡਾ ਲੁੱਚਿਆ ਕਿੱਡਾ ਵੀ ਤੋੜਨ ਆਉਂਦਾ ਹੈ ਇੱਕ ਕੇਲਾ ਲੈ ਲੱਗਿਆ ਤੇ ਅੱਧ ਜੀ ਟੋੜ ਅੱਧ ਵਿਚ ਕਰ ਤੋੜ ਕੇ ਤੇ ਪਰਾਂ ਕੀਤਾ ਆ ਆ ਲੈ ਆ ਜੱਜੀ ਟੈਂਡਰ ਦਾ ਸਿਰ ਦੇਤਾ ਮੈਨੂੰ ਪਿੱਛੇ ਟੋਇਆ ਵੀ ਇੱਧਰ ਬਸ ਜਮਾ ਜਮਾ ਕੇ ਰੱਖ ਲੈ ਤੇਰੇ ਪਾਪਾ ਦਾ ਲੱਗਦੇ ਆ ਰੱਖ ਤੇਰੇ ਪਾਪਾ ਦਾ ਲੱਗਦੇ ਆ ਇੱਧਰ ਆ ਮਨੇ ਦਰਦਾਰ ਕੇ ਖਿਲ ਰਹੇ ਨੇ ਗਾੜੀ ਨਵਾਂ ਹਾਸਾ ਵਾ ਹੱਸੋ ਦਾ ਪਹਿਲਾਂ ਮੋਢੇ ਹਲਦੇ ਕੱਚ ਤਾਂ ਨੀ ਕੋਈ ਲਿਆ ਕਿਤੇ ਇੱਧਰ ਵੇ ਕੇਲਾ ਕੇਲਾ ਵੀ ਨੀ ਖਾਣਾ ਆਉਂਦਾ ਕੋਈ ਦੰਦ ਮਾਰਦਾ ਪਹਿਲਾਂ ਉਹ ਚ।
ਬਹੁਤ ਸੋਹਣੀ ਗੱਲ ਦੱਸੀ ਤੂੰ ਮੈਨੂੰ ਕਿਹਨੂੰ ਫੋਨ ਆਇਆ ਨਾਲ ਦੀ ਨੰਬਰ ਡੈਡੀ ਲਿਖਿਆ ਸਫ਼ਰ ਕੀਤਾ ਫਿਰ ਮੈਨੂੰ ਮੰਤਰੀਆਂ ਲਈ ਆਉਂਦੀ ਪਿੱਛੇ ਪਰ ਗੁਰੀ ਸਹੀ ਗੱਲ ਸਰ ਸਾਰੀ ਪ੍ਰੋਵਾਈਡ ਹੋਣੀ ਪਿੱਛੇ ਜੀ ਕੇਲੇ ਸ਼ੇਸ਼ੇ ਦੇਣ ਦੇ ਬਾਕੀ ਬੰਦੇ ਉਹ ਆ ਗਏ ਫਿਰ ਆ ਗਏ ਚੰਗਲਾਂ ਹੀ ਲੱਗਣ ਭਰਾ ਹੈਲੋ ਬਹੁ ਤੈਨੂੰ ਬਾਏ ਕਰਦਾ ਵਾ ਦੂਜੇ ਪਾਸੇ ਤੈਨੂੰ ਹੋ ਲੈਂਦੇ ਕਰਾਂ ਯਾਰ ਇੱਕ ਬਣੇ ਵੇਲਾ ਕੇ ਦੂਜੇ ਬਣੇ ਹੈਲੋ 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 ਲਓ ਵੀ ਭਰਾ ਮਿਲਿਆ ਇੰਗਲੈਂਡ ਤੋਂ ਇਹ ਡਾਰਲਿੰਗ ਲਵ ਯੂ ਮਿੱਤਰਾ ਦਿਲ ਖੁਸ਼ ਹੋ ਗਿਆ ਭਰਾ ਨੂੰ ਮਿਲ ਕੇ ਅਤੇ ਭਰਾ ਨੇ ਇੱਕ ਚੀਜ਼ ਗਿਫਟ ਕੀਤੀ ਆ ਕਾਹਨੂੰ ਗੱਲਾਂ ਹੀ ਪਈਆਂ ਯਾਰ ਇਹਦੀ ਲੋੜ ਨਹੀਂ ਮੇਰੀ ਜਾਣ ਲੈ ਜੱਟਾ ਗੱਲ ਲੈ ਵੀ ਇੱਕ ਵਧਾਈ ਬਣਾ ਦੇਣੀ ਭਰਾ ਵਾਲਾ ਪਾਸੇਰੇ ਰੱਬ ਸੁੱਖ ਰੱਖੇ ਡਾਰਲਿੰਗ ਉਹ ਕੰਮ 100% ਕਰਕੇ ਦਊਂਗਾ ਮੈਂ ਲੈ ਵੀ ਮਿੱਤਰਾ ਆਉਂਦੇ ਹੁੰਦੇ ਨਾ ਜਿਹੜੀ ਚੀਜ਼ ਬੰਦੇ ਦੇ ਕਰਮਾਂ 'ਚ ਲਿਖੀ ਹੋਵੇ ਉਹ ਬਾਈ ਘੜੀ ਗਿਫਟ ਕਰ ਗਿਆ ਭਾਵੇਂ ਬਾਈ ਪੈੱਨ ਵੀ ਗਿਫਟ ਕਰ ਦਿੰਦਾ ਉਹ ਵੀ ਮੇਰੇ ਲਈ ਬੜੀ ਤਗੜੀ ਚੀਜ਼ ਸੀ ਅਤੇ ਗੁਰੀ ਵੀਰ ਉਹ ਵੀਰ ਨੂੰ ਮਿਲ ਕੇ ਨਾ ਰੂਹ ਖੁਸ਼ ਹੋ ਗਈ ਆਪਾਂ ਘੱਟੋ ਘੱਟ 20 ਮਿੰਟ ਖਲੋਤੇ ਹੋਣੇ 15 ਮਿੰਟ ਖਲੋਤੇ ਹੋਣਾ ਹੈ ਨਾ ਘੱਟੋ ਘੱਟ 15 ਮਿੰਟ ਖਲੋਤੇ ਹੋਵਾਂਗੇ ਅਤੇ ਜੇ ਆਪਾਂ ਗੁਰੀ ਵੀਰ ਟਾਂਗਲ ਥਾਣੀ ਹੋ ਜਾਂਦੇ ਅਤੇ ਮਿਲਿਆ ਨਹੀਂ ਜਾਣਾ ਅਸੀਂ ਆਪਾਂ ਜਨੇਲੇ ਗਏ ਹੈ ਨਾ ਚਿਕਨ ਫੜਨਾ ਉੱਥੇ ਵੀ ਰੁਕੇ ਆਪਾਂ ਜੇ ਆਪਾਂ ਉੱਥੋਂ ਵੀ ਰੁਕ ਜਾਂਦੇ 5 ਮਿੰਟ ਦੇ ਬਾਈ ਨੇ ਲੰਘ ਜਾਣਾ ਸੀ ਪਹਿਲਾਂ ਮੇਲ ਮਿਲਾਪ ਜਿਹੜਾ ਬੰਦੇ ਨਾਲ ਕਰਮਾਂ 'ਚ ਲਿਖਿਆ ਹੋਵੇ ਉਹ ਹੋ ਕੇ ਹੀ ਰਹਿਣਾ ਹੁੰਦਾ ਵਾ ਅਤੇ ਗੁਰੂ ਬਾਈ ਦਾ ਸੁਭਾਅ ਮੈਂ ਨਾ ਗੁਰੂ ਮੇਰਾ ਹਿੱਲਣ ਜੀ ਨਹੀਂ ਕਰਨ ਡਿਆ ਮਤਲਬ ਗੱਲਾਂ ਪਤਾ ਕਿੱਦਾਂ ਦੀ ਬਾਈ ਦੱਸਣ ਡਿਆ ਗੁਰੂ ਵੀਰ ਜਿਹੜੀ ਜ਼ਿੰਦਗੀ ਆਪਾਂ ਹੰਢਾਈ ਨਾ ਉਹ ਬਾਈ ਨੇ ਜ਼ਿੰਦਗੀ ਹੰਢਾਈ ਦੱਸਣ ਡਿਆ ਕਿ ਆਹ ਚੀਜ਼ਾਂ ਮਤਲਬ ਕਿ ਗੱਲਾਂ ਕਰਨ ਦਾ ਮਜ਼ਾ ਬੜਾ ਆਉਂਦਾ ਬਾਈ ਦੇ ਨਾਲ ਮੈਂ ਕਿਹਾ ਬਾਈ ਮੈਂ ਜਦੋਂ ਵਿਹਲੇ ਮੈਂ ਕਿਹਾ ਜਦੋਂ ਮਰਜ਼ੀ ਆ ਜਾਓ ਅਸੀਂ ਘਰੇ ਹੁੰਦੇ ਹਾਂ ਉਹ ਪਰਿਵਾਰ ਨਾਲ ਹੀ ਨਾ ਫੈਮਿਲੀ ਸਾਰੀ ਤਾਂ ਕਰਕੇ ਬਾਈ ਦਾ ਟਾਈਮ ਨਹੀਂ ਹੈਗਾ ਮੈਂ ਕੋਈ ਚੱਕਰ ਨਹੀਂ ਪਰ ਮਿਲ ਕੇ ਵਧੀਆ ਲੱਗਾ ਗੁਰੂ ਆ ਬਾਕੀ ਯਾਰ ਹੁਣੀ ਪਹੁੰਚ ਗਏ ਜੇ ਘਰੇ ਸਰਪੰਚਾ ਭੁੱਖ ਲੱਗੀ ਤੁਸੀਂ ਛੇਕ ਪੀਣਾ ਸਾਡੇ ਆਂਡੇ ਬਾਲ ਦੋ ਆਂਡੇ ਲੈ ਕੇ ਨਹੀਂ ਆਏ ਯਾਰ ਚੱਲ ਚੌਲ ਖਾ ਲਈ ਫਿਰ ਕੜੀ ਨਾਲ ਗਰਮਾ ਚੀਜ਼ ਹੋਵੇ ਨਾ ਟੀ ਸ਼ਰਟ ਵੀ ਖੱਟੀ ਪਾਈ ਅਤੇ ਘੜੀ ਵੀ ਖੱਟੀ ਮਿਲ ਗਈ ਹੈ ਖੱਟੇ ਉਹ ਖੱਟੀ ਹੋ ਗਿਆ ਕੰਮ ਅੱਜ ਉਹ ਮੈਨੂੰ ਲਾਉਣੀ ਨਹੀਂ ਆਉਂਦੀ ਓਏ ਲਾਓ ਓਏ 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 ਕੜੀ ਲਾਓ ਓਏ ਜਿਹੜਾ ਕਬੀਰ ਨਾ ਮੈਨੂੰ ਪਿੱਛੇ ਜੇ ਰਾਜਸਥਾਨ ਦੇ ਇੱਕ ਬਾਈ ਆਇਆ ਸੀ ਉਹ ਮੈਨੂੰ ਡੈਰੀ 'ਤੇ ਪੈੱਨ ਦੇ ਗਿਆ ਸੀ
ਉਹ ਮੈਂ ਅੱਜ ਤੱਕ ਸਾਂਭ ਕੇ ਰੱਖਿਆ ਭਾਵੇਂ ਮੈਂ ਉੱਤੇ ਕੰਮ ਨਹੀਂ ਕਰਦਾ ਕੁਛ ਵੀ ਮੇਰੇ ਵਰਤੋਂ 'ਚ ਹਜੇ ਉਹ ਚੀਜ਼ ਨਹੀਂ ਹੈਗੀ ਪਰ ਮੈਂ ਉਹ ਚੀਜ਼ ਅੱਜ ਤੱਕ ਵੀ ਨਾ ਸਾਂਭ ਕੇ ਰੱਖੀ ਹੈ ਮਿੱਤਰੋ ਮੈਂ ਕਦੀ ਵੀ ਕਿਸੇ ਇੱਕ ਵੀਰ ਰਾਜਸਥਾਨ ਤੋਂ ਹੋਰ ਆਇਆ ਸੀ ਜਿਹੜਾ ਆਪਣਾ ਮੁੰਡਾ ਹੈ ਨਹੀਂ ਉਹਦੇ ਜਦ ਥਾਰ ਵਾਲੇ ਵੀਰ ਹੋਵੇ ਆਪਣੇ ਰਾਜਸਥਾਨ ਤੋਂ ਉਹਨਾਂ ਦੇ ਪਿੰਡ ਤੋਂ ਆਇਆ ਸੀ ਉਹ ਵੀਰ ਮੇਰੇ ਲਈ ਟੀ ਸ਼ਰਟਾਂ ਹੋਇਆ ਗਿਆ ਦੋ ਉਹ ਬੰਦੇ ਨੇ ਪਤਾ ਮੈਨੂੰ ਕੀ ਕਿਹਾ ਕਹਿੰਦਾ ਬਾਈ ਪਤਾ ਨਹੀਂ ਤੂੰ ਪਾਉਣੀ ਕਿ ਨਹੀਂ ਪਾਉਣੀ ਉਹ ਮੈਂ ਘੱਟੋ ਘੱਟ ਵੀ 10 ਹਰਾ ਪਾਈਆਂ ਨੇ ਫੋਟੋਆਂ ਖਿੱਚ ਕੇ ਉੱਤੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਜਾਣ ਮੇਰੀ ਤੁਸੀਂ ਮਿਲਣਾ ਇਹਦੇ ਇਹੋ ਹੀ ਬੜੀ ਤਕੜੀ ਗੱਲ ਹੈ ਉਹ ਬਾਈ ਇੰਗਲੈਂਡ ਤੋਂ ਆਇਆ ਨਹੀਂ ਤੇ ਬਾਹਰੋਂ ਬੰਦਾ ਆਇਆ ਅਗਲਾ ਸੋਚਦਾ ਮੈਂ ਕਹਾਂ ਤੂੰ ਕਿਸੇ ਲੈ ਜਾਣਾ ਇਹ ਪਿਆਰ ਹੁੰਦਾ ਵਾ ਭਰਾਵਾਂ ਦਾ ਜਿਹੜਾ ਤੁਹਾਡਾ ਪਿਆਰ ਹੈ ਨਾ ਇਹ ਤੁਹਾਨੂੰ ਖਿੱਚ ਕੇ ਲੈ ਕੇ ਆਉਂਦਾ ਮੇਰੇ 'ਚ ਕੋਈ ਤੁਹਾਡੇ ਨੂੰ ਖਾਸ ਚੀਜ਼ ਥੋੜ੍ਹੀ ਹੈਗੀ ਆ ਸਹੀ ਗੱਲ ਤੁਹਾਡੇ ਵਰਗਾ ਹੀ ਆ ਤੁਹਾਡੇ ਵਰਗੇ ਹੱਥ ਪੈਰ ਲੱਗੇ ਬਸ ਇਹ ਤੁਹਾਡਾ ਪਿਆਰ ਹੈ ਆਪਣਾ ਇੱਕ ਦੂਜੇ ਨਾਲ ਜਿਹੜਾ ਰਿਲੇਸ਼ਨ ਬਣ ਗਏ ਨਾ ਉਹ ਫੈਮਿਲੀ ਦੀ ਤਰ੍ਹਾਂ ਬਣ ਗਏ ਮੈਂ ਅੱਗੇ ਵਲੌਗ 'ਚ ਕਹਿੰਦਾ ਕਿ ਮੈਨੂੰ ਜਿੱਦਾਂ ਵੀਰਾਂ ਨੂੰ ਤੁਹਾਨੂੰ ਫੀਲਿੰਗ ਆਉਂਦੀ ਨਾ ਕਈਆਂ ਨੂੰ ਕਿ ਅਸੀਂ ਨਾਲ ਹੀ ਤੁਰੇ ਫਿਰਦੇ ਹਾਂ ਵਲੌਗਾਂ 'ਚ ਅਤੇ ਮੈਨੂੰ ਵੀ ਕਮੈਂਟ ਭਰ ਕੇ ਇੱਦਾਂ ਲੱਗਦਾ ਵਾ ਕਿ ਮੈਂ ਤੁਹਾਡੇ ਨਾਲ ਹੀ ਗੱਲਾਂ ਗੁੱਲਾਂ ਕਰੀ ਜਾਂਦਾ ਹਾਂ ਅਤੇ ਕਮੈਂਟਾਂ ਦੇ ਜਵਾਬ ਵੀ ਤਾਂ ਦਿੰਦਾ ਵਾ ਕਿ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਆ ਲਾਈਕ ਉਹਨਾਂ ਨੂੰ ਤਾਂ ਕਰਦਾ ਕਮੈਂਟ ਨੂੰ ਚੰਗਾ ਹੋਵੇ ਮਾੜਾ ਹੋਵੇ ਮਾੜੇ ਕਮੈਂਟ ਨੂੰ ਵੀ ਮੈਂ ਲਾਈਕ ਕਰਦਾ ਮਾੜਾ ਹੁੰਦਾ ਨਹੀਂ ਆ ਹਰ ਇੱਕ ਬੰਦੇ ਨੇ ਆਪਣੇ ਵਿਚਾਰ ਪੇਸ਼ ਕੀਤੇ ਹੁੰਦੇ ਆ ਅਤੇ ਮੈਂ ਉਹਨੂੰ ਵੀ ਲਾਈਕ ਕਰਦਾ ਵਾ ਭਾਵੇਂ ਉਹ ਮੇਰੇ 'ਤੇ ਕੋਈ ਗੱਲ ਗਲਤੀ ਲੱਗਣ ਦੀ ਹੋਵੇ ਕਈ ਵਾਰ ਹੁੰਦਾ ਕਿ ਆਪਣੀ ਸੋਚ ਹੋਰ ਹੁੰਦੀ ਆ ਅਗਲੇ ਨੇ ਆਪਣੀ ਸੋਚ ਦੇ ਹਿਸਾਬ ਨਾਲ ਕਮੈਂਟ ਕੀਤਾ ਹੁੰਦਾ ਉਹਨੂੰ ਵੀ ਲਾਈਕ ਕਰਦਾ ਮੈਂ ਕਿਉਂਕਿ ਲਵ ਯੂ ਤੁਹਾਡੇ ਸਾਰਿਆਂ ਨੇ ਮਿੱਤਰੋ ਜੀ ਦੇ ਵਾਸਤੇ ਰਹੋ ਨਜ਼ਾਰੇ ਲਓ ਆ ਜਾਓ ਫਿਰ ਖਾਈਏ ਸਰਪੰਚ ਸਾਹਿਬ ਡਾਈਟ ਬਣਾ ਲਿਆ ਕਿਆ ਬਾਤਾਂ ਹੋਈਆਂ ਪਈਆਂ ਹੈ ਆ ਗਈ ਸਰਪੰਚ ਦਹੀਂ ਜੀ ਪਾ ਗਏ ਡਾਈਟ ਤੂੰ ਹੋਰ ਤਕੜੀ ਕਰੀ ਜਾਂਦਾ ਹੈ ਆਹ ਵੀ ਮਿੱਤਰੋ ਆਹ ਵੀ ਚੀਜ਼ ਬੜੀ ਘੈਂਟ ਜੇ ਦਹੀਂ ਦੇ ਵਿੱਚ ਆਲੂ ਉਬਾਲ ਕੇ ਅਤੇ ਇਹ ਵਧੀਆ ਚੀਜ਼ ਆ ਜਿਹੜਾ ਭਰਾ ਇੰਨੀ ਮਿਹਨਤ ਕਰਕੇ ਖਾ ਸਕਦਾ ਖਾ ਲਿਓ ਅਤੇ ਆਹ ਬਾਕੀ ਯਾਰ ਹੁਣ ਆਲੂ ਛਿੱਲਣੇ ਸਭ ਤੋਂ ਔਖੇ ਆਲੂ ਛਿੱਲਣੇ ਔਖੇ ਤਾਂ ਬਣਨੇ ਮਿਹਨਤ ਲੱਗਦੀ ਹੈ ਇਹ ਚੀਜ਼ 'ਤੇ ਗੁਰੀਸਤਾਰ ਜੀ ਉਹ ਆਂਡੇ ਲੈ ਗਿਆ ਆ ਜਾਓ ਵੀ ਆ ਜਾਓ ਮੇਰੀ ਗੈਂਗ ਆ ਜਾਓ ਉੱਤੇ ਨਾ ਸਾਰੇ ਇੱਕ ਜਣਾ ਇੱਧਰ ਆ ਜਾਓ ਇਸ ਪਾਸੇ ਆ ਜਾਓ ਬਸ ਠੀਕ ਜਿੰਮ ਜਾਣਾ ਤੁਸੀਂ ਅਜੇ ਉਹ ਸੱਚ ਆਪਣੀ ਗੱਡੀ ਜਿੰਮ ਲੱਗੀ ਗੁਰੂਆ ਮੈਨੂੰ ਚੇਤਾ ਭੁੱਲਾ ਆ ਡਰਾਈਵਰ ਜਿੰਮ ਲੱਗੀ ਆ ਮੈਨੂੰ ਮੰਨੇ ਦੱਸਿਆ ਹੁਣ ਭੁੱਖ ਬਹੁਤ ਜਿਆਦਾ ਲੱਗੀ ਸੀ ਨਾ ਅੱਜ ਰਾਜ ਕੁਝ ਨੀ ਖਾਧਾ ਸਾਨੂੰ ਇਹ ਹੀ ਕਿੰਨੇ ਆਉਣੇ ਇੱਕ ਦੋ ਤਿੰਨ ਚਾਰ 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 ਆਉਣੇ ਚਾਰ ਸੋਲਾਂ ਇੱਕ ਵਾਧੇ ਇੱਥੇ ਬਾਹਰ ਕੁੱਤਾ ਹੋਣਾ ਕੋਈ ਨੂੰ ਪਤਾ ਲੈ ਵੀ ਅੱਜ ਕੋਈ ਵੀ ਗੱਡੀ ਕਰਨੀ ਹੈਗੀ ਹੈ ਹਾਂ ਗਏ ਨਹੀਂ ਅੱਜ ਆਏ ਭਾਈ ਕਿਆ ਚੱਲਣ ਤੇਰਾ ਪੜਾ ਅੱਜ ਹੈ ਕਈ ਵਾਰ ਟਾਈਮ ਸਿਰ ਚੱਲ ਜਾਂਦੇ ਜੀ ਕਈ ਵਾਰ ਅਸੀਂ ਜਾਂਦੇ ਨਹੀਂ ਉਹ ਬੱਲੇ ਮਾਤਾ ਕੀ ਬਣਾਈ ਜਾਂਦੇ ਖਾਂਦੇ ਆ ਚੌਲ ਤੇ ਕੜੀ ਮਾਂ ਫਿਰ ਲੈ ਫਿਰ ਬਾਹਰ ਇੱਧਰ ਹੈ ਕੜੀ ਪਾ ਲਈ ਜੱਜੀ ਕਿੱਥੇ ਨਾਲ ਲੱਗੇ ਇਹਨੂੰ ਮੈਂ ਯਾਰ ਮਿਸਤਰੀਆਂ ਨੂੰ ਮਿਲਾਂ ਅੱਜ ਮਿਸਤਰੀਆਂ ਨੂੰ ਵੀ ਨਹੀਂ ਮਿਲਿਆ ਮੈਂ ਨਾ ਮੈਂ ਪਾਬਲੋ ਨੂੰ ਮਿਲਿਆ ਨਾ ਮੈਂ ਪੈਂਥਰ ਨੂੰ ਮਿਲਿਆ ਉੱਥੇ ਮੇਰੇ ਮਿਸਤਰੀ ਭਰਾ ਮੇਰੇ ਉਹ ਬੱਲੇ 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 ਮਿਸਤਰੀ ਖਿੱਚਿਆ ਕੰਮ ਮੁੰਡਿਆਂ ਨੇ ਹੈ ਅੱਜ ਫਿਰ ਠੀਕ ਠਾਕ ਜੇ ਹੈਂ ਵਧੀਆ ਵਧੀਆ ਮਿਲੀ ਜਾਣ ਓਕੇ ਰਿਪੋਰਟ ਕਰੀ ਜਾਂਦੇ ਜੀ ਹੈਂ ਲੈ ਵੀ ਮੈਂ ਤਾਂ ਗੱਡੀ ਡਰਾਈਵਰ ਅਸੀਂ ਜਿੰਮ ਲਾ ਕੇ ਭੁੱਲ ਗਏ ਉੱਥੇ ਸਵੇਰੇ ਜਦੋਂ ਗਏ ਲੁਧਿਆਣੇ ਜਿੰਮ ਲਾ ਗਏ ਚੇਤਾ ਭੁੱਲ ਗਿਆ ਥਾਰ ਬਾਪੂ ਨੇ ਖੜੀ ਆ ਨਵੀਂ ਥਾਰ ਆਪਾਂ ਕੰਮ 'ਤੇ ਲਾਈ ਆ ਰਿਕਸ਼ਾ ਵਿਚਾਰੀ ਬਾਹਰ ਲੱਗੇ ਕਿੱਥੇ ਮੇਰੀਆਂ ਬੁੱਗੀਆਂ ਹੈਂ ਕਿੱਥੇ ਠੀਕ ਹੈ ਪੁੱਤ ਹੁਣ ਫਰਕ ਪਾਬਲੋ ਕਿੱਦਾਂ ਮੇਰਾ ਪੁੱਤ ਇਹ ਕਿੱਡੇ ਚਾਹ ਚੜੇ ਨੂੰ ਹਾਂ ਇੱਕ ਮਿੰਟ ਮੈਨੂੰ ਬਹਿਤ ਲੈਣ ਦਿਓ ਬਹਿਤ ਲੈਣ ਦਿਓ ਬਹਿਤ ਲੈਣ ਦਿਓ ਬਹਿਤ ਲੈਣ ਦਿਓ ਮੈਨੂੰ ਬਹਿਤ ਲੈਣ ਦਿਓ ਹਾਂਜੀ ਹਾਂਜੀ ਛੋਣਿਓ ਛੋਣਿਓ ਹਾਂ ਪਾਬਲੇ ਤੇਰੇ ਕੋਲ ਤਾਂ ਨਹੀਂ ਚੜਿਆ ਜਾਂਦਾ ਜੇ ਹਾਏ 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 ਲੈ ਲੈ
ਪੈਂਥਰੂ ਮੇਰਾ ਪੁੱਤ ਬਿਮਾਰ ਹੋ ਗਿਆ ਸੀ, ਸੋਹਣਿਆ ਜਿਹਾ ਹੋ ਜਾਣਾ, ਸਹੀ ਹੋ ਜਾਣਾ। ਹਾਂਜੀ ਉਹਨੂੰ ਵੇਖ ਲਾ, ਪਿਆਰ ਨਹੀਂ ਤੂੰ ਕਰਨ ਦਿੰਦਾ ਫਿਰ, ਹੈ ਉਹਨੂੰ ਮੈਂ ਬਾਹਰ ਲੈਣਾ ਕੱਢ ਕੇ। ਹਾਂ ਪਾਪਲੇ ਤੈਨੂੰ ਪਿਆਰ ਨਹੀਂ ਕਰਨ ਦਿੰਦਾ ਇਹ, ਮੈਂ ਸੋਹਣਾ ਪੁੱਤ ਹੀ ਉਹ ਵੀ, ਹੈਂ ਲੈ 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 ਤੈਨੂੰ ਕਰ ਤਾਂ ਲਿਆ ਪਿਆਰ, ਕਿੰਨਾ ਚਾਹੀਦਾ ਜੀ, ਉਹਨੂੰ ਵੀ ਕਰ ਲੈਂਦੇ ਇਧਰ ਬਾਬਲੇ। ਸੋਹਣਾ ਪੁੱਤ ਸੋਹਣਾ ਪੁੱਤ ਲੈ, ਉਹਨੂੰ ਨਾ ਪਿਆਰ ਕਰ, ਹਾਂ ਪੈਂਥਰਾ ਵੇਲਾ ਫਿਰ ਤੂੰ ਖਰਾਬੀਆਂ ਕਰਦਾ, ਹੈਂ ਕਰਦਾ ਨਹੀਂ ਆ, ਤੇਰਾ ਨਿੱਕਾ ਭਰਾ ਵਾ ਉਹ, ਇੱਦਾਂ ਥੋੜ੍ਹੀ ਦੇ ਦਿੰਦਾ ਇੱਧਰ ਬਾਬਲੇ। ਆਇਆ ਮੇਰਾ ਪੁੱਤ, ਲੈ ਵੀ ਲੈ ਫਿਰ ਹਟਦਾ ਕਿਤੇ, ਹੈਂ ਮੈਂ ਚੀਜ਼ ਨਹੀਂ ਲਿਆ ਕੇ ਦਿਆ ਕਰਨੀ, ਵੇਖ ਕੇ ਉਹਨੂੰ ਨਾ ਪਿਆਰ ਕਰ ਲਿਆ ਕਿਤੇ, ਆ ਜਾ ਆ ਜਾ ਲੈ 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 ਚੱਲ ਠੀਕ ਆ ਭਾਊ। ਇਹਨਾਂ ਦੋਵਾਂ ਨੂੰ ਨਾ ਆਪਾਂ ਅੰਦਰ ਦੇਤਾ, ਨਾਲੇ ਇੱਥੇ ਪੱਖਾ ਲੱਗਾ ਆ, ਅਤੇ ਰਾਤ ਨੂੰ ਉਹਨਾਂ ਦੇ ਉਹ ਆਲ ਆਊਟ ਜੀ ਵੀ ਮਾਰ ਦੇਈ ਦੀ, ਆਪਣੇ ਜ਼ਿਆਦਾ ਧਿਆਨ ਭਰਾਵਾਂ ਨਜ਼ਰ ਰੱਖੀਦਾ, ਹੈਂ ਮੱਛਰ ਬੜਾ ਜੇ ਬਾਹਰ ਵੜ ਜਾਓ ਅੰਦਰ। ਗੁਰੂਆ ਤਾਂ ਕਹਿਰ ਕਰਾਤਾ, ਆਹ ਜਿਹੜਾ ਵੀ ਯਾਰ ਵੀਰ ਘੜੀ ਦੇ ਗਿਆ ਮੇਰਾ ਭਰਾ, ਮੈਂ ਤਾਂ ਗੁਰੂਆ ਨੂੰ ਵੈਸੇ ਬੈਠੇ ਸਰਚ ਮਾਰ ਲਈ, ਗੁਰੂਆ 2.5 ਲੱਖ ਦੀ ਘੜੀ ਜੇ ਮਾੜੀ ਮੋਟੀ ਗੱਲ ਨਹੀਂ ਜੇ ਮੇਰਾ ਭਰਾ, ਆਹ ਕੰਪਨੀ ਸਰਚ ਮਾਰ ਕੇ ਵੇਖ ਲਿਓ ਗੁਰੂਆ, ਉਹ ਮੇਰਾ ਵੀਰ ਗੁਰੂਆ ਇੰਨਾ ਕਹਿਰ, ਹੈਂ ਕੋਈ ਕਿਸੇ ਨੂੰ 10 ਰੁਪਏ ਚੀਜ਼ ਨਹੀਂ ਦਿੰਦਾ ਗੁਰੂ ਜੀ, ਇਹ ਭਰਾ ਮੇਰਾ ਮੈਨੂੰ 2.5 ਲੱਖ ਦੀ ਘੜੀ ਦੇ ਗਿਆ ਜੇ ਸਰਚ ਮਾਰ ਕੇ ਵੇਖ ਲਿਓ, ਇਕੱਲੀ ਇਕੱਲੀ ਚੀਜ਼ ਗੁਰੂਆ ਤੇਰਾ ਭਲਾ ਜੇ, ਅਸੀਂ ਵੈਸੇ ਵਿਹਲੇ ਬੈਠੇ ਅਸੀਂ, ਮੈਂ ਕਿਹਾ ਕੰਪਨੀ ਵੇਖਾਂ ਕਿਹੜੀ ਮੈਂ ਸਰਚ ਮਾਰਿਆ ਰਮਨ ਗੁਰੂਆ, ਘੜੀ ਸੋਹਣੀ ਬੜੀ, ਮੈਂ ਵੈਸੇ ਵਿਹਲਾ ਬੈਠਾ, ਮੈਂ ਕਿਹਾ ਬ੍ਰਾਂਡ ਵੇਖਾਂ ਕਿਹੜਾ ਵਾ, ਕਿਉਂਕਿ ਮੈਂ ਐਵੇਂ ਮੈਂ ਆਖਾਂ ਨਾ, ਮੈਂ ਆਹ ਬ੍ਰਾਂਡ ਦਾ ਨਾਂ ਸੁਣਿਆ ਪਹਿਲੀ ਵਾਰ, ਐਵੇਂ ਝੂਠ ਮਾਰੀ ਜਾਵਾਂ ਕਿ ਮੈਂ ਤੇਰੇ ਸਾਲ, ਤੁਸੀਂ ਮੇਰੇ ਘੜੀਆਂ ਲਾਈਆਂ ਵੇਖੀਆਂ ਹੋਣਗੀਆਂ, ਮੈਂ ਕਦੇ ਕਿੰਨੀਆਂ ਘੜੀਆਂ ਲਾਉਂਦਾ, ਅਤੇ ਗੁਰੂਆ ਤਾਂ ਮੇਰੇ ਰਸਾ ਹੀ ਸਕਾਤੇ ਵੀਰ ਨੇ ਤੇ, ਹੈਂ ਗੁਰੂਆ ਐਡੀ ਮਹਿੰਗੀ ਘੜੀ ਤੂੰ ਮੈਨੂੰ ਦੇ ਗਿਆ ਮੇਰਾ ਭਰਾ, ਮੇਰਾ ਗੁੱਟ ਲੱਜ ਜਾਣਾ, ਹੈਂ ਸੋਹਣ ਲੱਗੇ ਗੁਰੂਆ। ਜਦੋਂ ਬਾਈ ਲਾਗਣ ਦੇਣਾ, ਮੈਂ ਬਾਈ ਨੂੰ 2 ਦਿਨਾਂ ਕਿਹਾ, ਮੈਂ ਰਹਿੰਦੇ ਬਾਈ ਕੀ ਲੋੜ ਆ, ਚੱਲ ਆਪਾਂ ਯਾਰ ਵੀਰ ਭਰਾ ਆਪਣੇ ਮਿਲਣ ਆਏ, ਇੰਨਾ ਹੀ ਬੜਾ ਹੁੰਦਾ ਆਪਾਂ ਨੂੰ, ਕਿਹੜਾ ਕਿਸੇ ਗਿਫਟ ਨਾ ਹੁੰਦਾ ਕਿ ਸਾਨੂੰ ਕੋਈ ਗਿਫਟ ਦੇਵੇ, ਪਰ ਗੁਰੂਆ ਅੱਜ ਸਾਰੇ ਨਾਲ ਹੀ ਗੁਰੂ ਵੀਰ ਹੋਣੀ ਅਤੇ ਸਾਰੀ ਫੈਮਿਲੀ ਬਾਈ ਦੇ ਨਾਲ, ਅਤੇ ਅਸੀਂ ਸਬਾਬਾ ਰਮਨ ਕਿੱਡਾ ਬਣਿਆ, ਅਸੀਂ ਟਾਂਗਰ ਥਾਣੀ ਆਉਣ ਲੱਗੇ ਸੀ, ਬਾਈ ਆਪਣਾ ਪਿੰਡ ਥਾਣੀ ਜਿਹੜਾ ਮਿਲਣ ਆਇਆ, ਬਾਈ ਪਿੰਡ ਥਾਣੀ ਹੋ ਗਿਆ, ਅਸੀਂ ਟਾਂਗਰ ਥਾਣੀ ਹੋਏ ਨਹੀਂ, ਅਸੀਂ ਜਨੈਲ ਚਿਕਨ ਫੜਨਾ ਸੀ, ਅਸੀਂ ਜਨੈਲ ਥਾਣੀ ਹੋ ਗਏ, ਚਿਕਨ ਵੀ ਪੈਕ ਕਰਾ ਲਿਆ, ਉੱਥੇ ਖਲੋਤੇ ਨਹੀਂ ਅਸੀਂ 5 ਮਿੰਟ ਵੀ, ਸਿੱਧਾ ਹੈ ਅੱਡੇ ਤੋਂ ਘਰ ਨੂੰ ਆਉਣ ਦੇ, ਅਤੇ ਬਾਈ ਮਿਲਿਆ, ਮੈਂ ਪਿੱਛੇ ਬੈਠਾ ਸੀ ਅੱਜ ਉੱਦਾਂ ਹੀ, ਗੁਰੂਵੀਰ ਹੋਣਾ ਨੂੰ ਮਿਲਿਆ ਬਾਈ, ਅਤੇ ਮੈਂ ਬਾਈ ਨੇ ਪੁੱਛਿਆ ਕਿ ਢਿੱਲੋ, ਮੈਂ ਪਿੱਛੇ ਬੈਠਾ, ਮੈਂ ਸ਼ੀਸ਼ਾ ਡਾਊਨ ਕਰ ਲਿਆ, ਮੈਂ ਬਾਈ ਨੂੰ ਮਿਲਿਆ, ਚਲ ਗੱਲਾਂ ਬਾਤਾਂ ਕਰਦੇ ਰਹੇ 15-20 ਮਿੰਟ, ਗੱਲਾਂ ਬਾਤਾਂ ਕਰਦੇ ਰਹੇ ਅਸੀਂ, ਜਿੱਦਾਂ ਜਿਹੜਾ ਬੰਦਾ ਯਾਰ ਇੱਥੋਂ ਗਿਆ ਬਾਹਰ, ਹਰ ਇੱਕ ਬੰਦਾ ਆਪਣੀ ਮਜਬੂਰੀ ਜਾਂਦਾ, ਗੱਲਾਂ ਬਾਤਾਂ ਅਸੀਂ ਸ਼ੇਅਰ ਕਰਨ ਡਿਆ ਇੱਕ ਦੂਜੇ ਨਾਲ ਵਧੀਆ, ਅਤੇ ਬਾਅਦ 'ਚੋਂ ਬਾਈ ਕਹਿੰਦਾ ਮੈਂ ਕੋਈ ਗਿਫਟ ਨਹੀਂ ਲੈ ਗਿਆ, ਮੈਂ ਬਾਈ ਗਿਫਟ ਦੀ ਕੀ ਲੋੜ ਹੈ, ਬਾਈ ਨੇ ਗੁਰੂਆ ਘੜੀ ਲਾ ਕੇ ਫੜਾਤੀ, ਮੈਂ ਬਾਈ ਨੂੰ ਕਿਹਾ, ਮੈਂ ਯਾਰ ਕੀ ਲੋੜ ਹੈ ਤੁਸੀਂ, ਕਿਉਂਕਿ ਅੱਗੇ ਵੀ ਤੇਰੇ ਸਾਹਮਣੇ ਰਾਜਸਥਾਨ ਦੇ ਵੀਰ ਆਏ ਸੀ, ਇੱਕ ਵੀਰ ਕਾਪੀ ਲੈ ਕੇ ਆਇਆ, ਇੱਕ ਪੈਨ ਲੈ ਕੇ ਆਇਆ, ਟੀ ਸ਼ਰਟ, ਯਾਰ ਬੜੇ ਵੀਰ ਗਿਫਟ ਲੈ ਕੇ ਆਉਂਦੇ ਆ, ਮੇਰਾ ਭਰਾ ਮਿਲਣ ਆਇਆ ਕਰੋ, ਇੰਨਾ ਹੀ ਬੜਾ ਵਾ, ਗਿਫਟਾਂ ਗੁਫਟਾਂ ਦੀ ਕੋਈ ਲੋੜ ਨਹੀਂ, ਤੁਹਾਡਾ ਪਿਆਰ ਆ ਇੰਨੇ ਜੀ ਬੜਾ ਖੁਸ਼ ਹਾਂ ਅਸੀਂ। ਆ ਜਾਓ ਮਿੱਤਰੋ, ਟਰੈਕਟਰ 'ਤੇ ਵੀਡੀਓ ਕੱਢੀ ਇੱਕ ਜੌਨ ਡੀਅਰ 'ਤੇ, ਬੜੇ ਦਿਨ ਹੋ ਗਏ ਜੌਨ ਡੀਅਰ ਕੱਢਿਆ ਨਹੀਂ, ਸਰਪੰਚ ਕੱਢ ਲਿਆ ਜੇ, ਚੱਲ ਵੀ ਸਰਪੰਚਾ ਵੀਡੀਓ ਬਣਾਈ ਟਰੈਕਟਰ 'ਤੇ ਅੱਜ, ਵੇ ਕਿੱਦਾਂ ਆਉਂਦਾ ਉੱਡਦਾ, ਹੈਂ ਪਰ ਇਹ ਉਹਨਾਂ ਚਿਰ ਲਾਗੇ ਨਹੀਂ ਆਉਂਦਾ ਨਾ ਇਹਦੀ, ਇਹ ਸਿਫਤ ਇਹ ਚੀਜ਼ ਵਧੀਆ ਲੱਗੀ ਬੰਦੇ ਦੀ, ਆਹ ਪੈਂਥਰੂ ਨਹੀਂ ਗਿੱਜਿਆ ਨਾ, ਹਾਂ ਮਾਣੋ ਤੈਨੂੰ ਨਹੀਂ ਪਾਇਆ ਦੁੱਧ, ਚੱਲ ਪੁੱਤ ਪਾਪਾ ਪਿੱਛੇ ਜਿੰਮ ਲਾ ਲਈ, ਮਾਂ ਵੀ ਜਿੰਮ ਲੈਣ ਲਾਇਆ ਸਵੇਰੇ, ਹਾਂ ਮਾਣੇ ਪੁੱਤ ਕੀ ਗੱਲ ਪੈਂਦਾ ਹੀ ਵੀ ਭਰਾਵਾ, ਧਿਆਨ ਨਾ ਧਿਆਨ ਨਾ ਧਿਆਨ ਨਾ ਜੀ, ਲੱਤ ਫੜ ਲੈਂਦਾ ਭਰਾਵਾ ਇਹ,
ਦਵਾਈ ਦਵਾ ਕੇ ਲੈ ਜਦੋਂ ਉਹ ਤੋਂ ਬਾਅਦ ਆਪਾਂ ਜਿਮ ਚਲ ਜਾਂਗੇ ਸਵੇਰੇ ਕੁੱਤੇ ਨੂੰ ਦਵਾਈ ਨਾਲ ਮੈਂ ਦੇ ਦਾਂਗਾ ਠੀਕ ਸਵੇਰੇ ਨਾਲ ਤਰਨ ਤਰਨ ਮੈਨੂੰ ਕੰਮ ਵੀ ਨਾਲੇ ਕੁੱਤੇ ਨੂੰ ਦਵਾਈ ਦਵਾ ਲਿਆਵਾਂਗੇ ਨਾਲੇ ਉਹ ਕੰਮ ਕਰਾਵਾਂਗੇ ਗੈਂਗ ਖਲੋਤੀ ਮੇਰੀ ਵੇਖ ਗੋਰੀ ਸਾਫ ਦੇ ਨਾ ਆਇਆ ਬਹਿ ਵਿੱਚ ਚਲੋ ਵੀ ਗੈਂਗ ਖੋਡੇ 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 ਚਲੋ ਵੀ ਆਜੋ ਆਜੋ ਜਾਂਦੇ ਨੀ ਜਾਂਦਰ ਦਿਨ ਚੜ੍ਹਨ ਡਿਆ ਵਾ ਨੌ ਵੱਜ ਗਈ ਘੰਟਾ ਕੁ ਰਹਿ ਗਿਆ ਬਾਅਦ ਮਹਾਂ ਇਸੇ ਲੱਗਣੀ ਜਾਓ ਮੈਂ ਤੇ ਗੁਰੀ ਵੀਰ ਵਿਹਲੇ ਅਸੀਂ ਬਾਹਰ ਫਨ ਕਰਾਂਗੇ ਲਓ ਜੀ ਮਿੱਤਰੋ ਪੂਰੇ 9 ਵੱਜ ਗਏ ਤੇ ਬੰਦੇ ਵੀ ਕਿੰਨੇ ਵੀ ਬਾਹਰ ਹੁੰਦੇ ਹਾਂ ਦੱਸੋ ਅੱਛਾ ਜੀ ਕਿਹੜੀ ਲਾਉਣੀ ਕਿਹੜੀ ਜਸਟ ਲਾ ਲਓ ਤੇ ਜਸਟ ਲਾਈ ਮੈਂ ਹੀ ਜਸਟ ਤੇ ਲਾਇਆ ਟ੍ਰਾਈਸਰ ਤੂੰ ਸਿੰਗਲ ਬਸ ਲਾਉਣਾ ਜਸਟ ਲਾ ਤੂੰ ਤੈਨੂੰ ਦੱਸਦਾ ਮੈਂ ਕਿਹੜੀ ਐਕਸਲ ਲਾਉਣੀ ਆ ਚੱਲ ਮੈਂ ਆ ਗਿਆ ਵਾਰ ਉਪ ਕਰ ਜਾ ਕੇ ਠੀਕ ਹੈ 5 ਮਿੰਟ ਸਾਈਕਲ ਜਲੂ ਚਲਾ ਲਈ ਮੇਰਾ ਬੂ ਠੀਕ ਹੈ ਸਾਈਕਲ ਚਲਾ ਕੇ ਸਾਰੇ ਮਸਲਾਂ ਦਾ ਵਾਰ ਉਪ ਕਰੀ ਸ਼ੋਲਡਰ ਸਾਰੇ ਹਰ ਇੱਕ ਮਸਲ ਦਾ ਥੱਲੇ ਸਕੈਟ ਦੇ ਵੀ ਲਾ ਲਈ ਸੈੱਟ ਠੀਕ ਹੈ ਜਾ ਮੇਰਾ ਬੂ ਜਾਓ ਗੋਰੀ ਗੋਡਾ ਬੂ ਤੂੰ ਵਾਰਮ ਅਪ ਨਹੀਂ ਕੀਤਾ ਗੱਲ ਪਾਟਲ ਵਾਲੇ ਵਾਰਮ ਅਪ ਚੰਗੀ ਤਰ੍ਹਾਂ ਕਰਿਆ ਕਰੋ ਨਾ ਕੋਈ ਨਹੀਂ ਸਵੇਰੇ ਤੇਰੀ ਸੈਰ ਕਰਾ ਕੇ ਲਿਆਊਂਗਾ ਜਾਓ ਹੁਣ ਹੁਣ ਤੂੰ ਸਾਈਕਲ ਨਾ ਚਲਾਈ ਨੋਰਮਲ ਅਪਰ ਬੋਡੀ ਦਾ ਵਾਰਮ ਕਰਕੇ ਨਾ ਸਾਈਕਲ ਮਾੜਾ ਮਾੜਾ ਚਲਾ ਕੇ ਵੇਖ ਲੈ ਜੇ ਦਰਦ ਕਰੂਗਾ ਨਾ ਫਿਰ ਨਾ ਚਲਾਈ ਠੀਕ ਹੈ ਜਾ ਮੇਰਾ ਬੂ ਚਲੋ ਵੀ ਗੈਂਗ ਹੈਂ ਆਪਾਂ ਗੁਰਿਸਤਾਨ ਵੇਲੇ ਜਮਾ ਹੀ ਨਾ ਬੈਗ ਜਿੰਮ ਚ ਫੋਨ ਚਲਾਇਆ ਨਾ ਹਾਂ ਆ ਸਜੀਆਂ ਮੇਰੀਆਂ ਲਾਉਂਡੀਆਂ ਹੈ ਚਲੋ ਚਲੋ ਤਕੜੇ ਆ ਜੋ ਦੋ ਦਿਨ ਹੈ ਸੀਟ ਬੂ ਠੀਕ ਹੈ ਬਰਾਬਰ ਕਰ ਲਾ ਤੈਨੂੰ ਆਪਣੇ ਆਪ ਨੂੰ ਫੀਲ ਹੋਣਾ ਚਾਹੀਦਾ ਤੂੰ ਜਿਹੜਾ ਮਸਲ ਲਾਉਣ ਡਿਆ ਕਿਸੇ ਹੱਲ ਨਹੀਂ ਵੇਖਣਾ ਕਈ ਵਾਰ ਹੁੰਦਾ ਨਾ ਆਪਾਂ ਕਿਸੇ ਹੱਲ ਵੇਖ ਕੇ ਉੱਪਰ ਥੱਲੇ ਕਰ ਲੈਂਦੇ ਹਾਂ ਯਾਰ ਉਹ ਬੰਦਾ ਇੱਥੇ ਲਾਉਣ ਡਿਆ ਮੈਂ ਇੱਥੇ ਲਾਵਾਂ ਨਾ ਤੈਨੂੰ ਆਪਣੇ ਮਸਲ ਨੂੰ ਐਸੇ ਫੀਲ ਹੋਣੀ ਜਿਹਦੀ ਕਿ ਮੈਂ ਆਹ ਮਸਲ ਐਸੇ ਲਾਉਂਦੇ ਇਹ ਤੇ ਜੁਰ ਪੈਣ ਡਿਆ ਇਹਦੀ ਸੀਟ ਤਾਂ ਠਾ ਮਾੜੀ ਮੋਟੀ ਕਰਕੇ ਵੇਖ ਲਈ ਅਰਕ ਮਾੜੀ ਮੋਟੀ ਕਈ ਵਾਰ ਹੁੰਦਾ ਅਰਕ ਆਪਾਂ ਗੀਰਾਂ ਨੀਗੀਆਂ ਕਰਦੇ ਹਾਂ ਜਾਂ ਉੱਪਰ ਨੀਚੇ ਕਰਦੇ ਹਾਂ ਉਹ ਚੀਜ਼ ਵੇਖਣੀ ਆਪਣੀ ਤੈਨੂੰ ਆਪਣੇ ਹਿਸਾਬ ਨਾਲ ਤੂੰ ਕੰਫਰਟ ਚਾਹੀਦਾ ਕਿ ਹਾਂ ਵੀ ਮੈਂ ਐਸ ਚੀਜ਼ 'ਤੇ ਜ਼ੋਰ ਪਾਉਣਾ ਮੇਰੇ ਪੈਣ ਡਿਆ ਹਾਂ ਓਕੇ ਭਰ ਕੇ ਲਿਆ ਪਿੱਛੇ ਖੋਲ੍ਹ ਕੇ ਨਾ ਚੈਸਟ ਨੂੰ ਭਰ ਕੇ ਲਿਆਉਣੀ ਆ ਹਾਂ ਭਰ ਕੇ ਓਕੇ ਦੱਜੀ ਤੇਰੀ ਕਿਹੜੀ ਰਹਿ ਗਈ ਸਹੀ ਫੋਰ ਆਰਮ ਦੀ ਲਾ ਲਾ ਇੱਥੇ ਲਾ ਲਾ ਨਹੀਂ ਉੱਥੇ ਲਾ ਮੈਂ ਖਾਲੀ ਰੱਡ 'ਤੇ ਲਵਾ ਦਈਏ ਇਹਦੇ ਕੋਲ ਹਾਂ ਖਾਲੀ ਰੱਡ 'ਤੇ ਲਾ ਲਾ ਆਵੇ ਵਿੰਗੀ ਰੱਡ 'ਤੇ ਭਾਵੇਂ ਲਾ ਲਾ ਹਾਂ ਸਟੈਚ ਜ਼ਰੂਰ ਕਰਨਾ ਮਸਲ ਨੂੰ ਲਾ ਲਾ ਤੂੰ ਵੀ ਕੁਝ ਲਿੱਸਾ ਆ ਗਿਆ ਮੇਲਾ ਜਦੋਂ ਤਾਂ ਮਿਰਨਾ ਨਹੀਂ ਰਹਿਣ ਡਿਆ ਤੇਰੇ ਕੰਮ ਹੀ ਨਹੀਂ ਮੁੱਕਦੇ ਟੈਨਸ਼ਨਾਂ 'ਚ ਲਿੱਸਾ ਹੋਈ ਜਾਂਦਾ ਚਲੋ ਵੀ ਭਾਈ ਚੱਲੀਏ ਜੇ ਮੈਨੂੰ ਅੱਜ ਨਾ ਮੰਨਾ ਲੈਣਾ ਚੇਤੇ ਕਰਾਉਂਦਾ ਗੱਡੀ ਕਿੱਥੇ ਤੇ ਮੈਨੂੰ ਸੱਚੀ ਚੇਤਾ ਭੁੱਲ ਗਿਆ ਸਵੇਰੇ ਆਪਾਂ ਡਰਾਈਵਰ ਇੱਥੇ ਲੱਗ ਗਿਆ ਮੈਨੂੰ ਚੇਤਾ ਨਹੀਂ ਮਜੇ ਨਾਲ ਘਰੇ ਜਾ ਕੇ ਬਹਿ ਗਏ ਅਸੀਂ ਕਿਸੇ ਨੂੰ ਮੈਨੂੰ ਚੇਤਾ ਸੀ ਆਪਣਾ ਮਜੇ ਨਾਲ ਮੈਂ ਸੋਚਣ ਡਿਆ ਵੀ ਅੱਜ ਮੈਂ ਮਿਸ ਕਰ ਦੇਣਾ ਨਿਰਾ ਹੋ ਗਿਆ ਗੱਡੀ ਦਾ ਚੇਤਾ ਹੀ ਨਹੀਂ ਅੱਜ ਸਾਰੇ ਮਸਤੀ ਕਰਨ ਨਾ ਚੇਤਾ ਨਹੀਂ ਆਈ ਬਾਹਰੋਂ ਬਾਹਰ ਚਲ ਗਏ ਅਸੀਂ ਮੈਂ ਨਹੀਂ ਲੰਘਿਆ ਤੇ ਮੈਂ ਨੂੰ ਗਿਆ ਕੰਮ ਚੱਲਿਆ ਸੀ ਤੇ ਗੱਡੀ ਲੱਗੀ ਤੇ ਮੈਂ ਕਿਹਾ ਚੱਲ ਭਾਈ ਨੂੰ ਜਿੰਮ ਲਾਉਂਦੇ ਨੇ ਮੰਦਰ ਚਲ ਗਿਆ ਸਾਗਰ ਕਹਿੰਦਾ ਤਾਂ ਗੱਡੀ ਸਵੇਰ ਦੀ ਲਾ ਕੇ ਚਲੋ ਚੱਲੀਏ ਸੋਜਣੋਂ ਪਹੁੰਚ ਗਏ ਜੇ ਘਰ ਫਿਰ ਡਾਈਟਾਂ ਖਾਓ ਸਰੀਰ ਐਵੇਂ ਨਹੀਂ ਬਣਦੇ ਹੈਂ ਜਿੰਮ ਤੋਂ ਜਾਣ ਤੋਂ ਪਹਿਲਾਂ ਵੀ ਡਾਈਟ ਅਤੇ ਬਾਅਦ 'ਚ ਵੀ ਡਾਈਟ ਅਤੇ ਸੌਣ ਲੱਗਿਆ ਵੀ ਡਾਈਟ ਉੱਠ ਕੇ ਵੀ ਡਾਈਟ ਡਾਈਟ ਹੀ ਡਾਈਟ ਖਾਈ ਜਾਓ ਤਾਂ ਫਿਰ ਝੁੱਟ ਕੇ ਸਰੀਰ ਬਣਦਾ ਜੀ ਗੱਡੀ ਅੰਦਰ ਹੀ ਕਰਦੀ ਨਾ ਕੁਝ ਵੀ ਜਾਣਾ ਤਾਂ ਨਹੀਂ ਕਿਤੇ ਆਪਾਂ ਹਾਂ ਚੱਲ ਬਈ ਖੁੱਲ੍ਹੋ ਗੇਟ ਕੁੱਤਿਆਂ ਦਾ ਮੁੜਾ ਵੇਖਿਓ ਮੁੜਾ ਤਿਆ ਸਰਪੰਚ ਹੁਣੀ ਜਾਣਗੇ ਕਿਸੇ ਪਾਸੇ ਸਾਰੇ ਇਹ ਗੈਂਗ ਮੁੜ ਕੇ ਜਾਊਗੀ ਪੱਕੀ 100%